ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਮੋਦੀ ਸਰਕਾਰ ਦਾ ਪਾਰਟ 2, ਇਹ ਪਾਰਟ 2 ਤੋਂ ਬਾਅਦ ਇੱਕ ਵਾਰ ਫਿਰ ਜੰਮੂ ਕਸ਼ਮੀਰ ਦਾ ਮੁੱਦਾ ਜਿਹੜਾ ਉਹ ਇਸ ਵਕਤ ਸਿਆਸੀ ਗਲਿਆਰਿਆਂ ਦੇ ਵਿੱਚ ਗੂੰਜ ਰਿਹਾ ਹੈਗਾ। ਆਰਟੀਕਲ 35 ਇਹਦਾ ਜ਼ਿਕਰ ਹੋ ਰਿਹਾ, ਆਰਟੀਕਲ 35 ਇਹਦਾ ਇਸ ਤੋਂ ਪਹਿਲਾਂ ਵੀ ਜ਼ਿਕਰ ਹੋਇਆ ਸੀਗਾ, ਉਸ ਜ਼ਿਕਰ ਤੋਂ ਬਾਅਦ ਹੋਰ ਕੁਛ ਹੋ ਗਿਆ ਸੀਗਾ, ਪਰ ਹੁਣ ਆਰਟੀਕਲ 35 ਇਹਦੇ ਜ਼ਿਕਰ ਹੋ ਰਿਹਾ ਤਾਂ ਹੁਣ ਕੀ ਹੋਵੇਗਾ? ਸਵਾਲ ਬਹੁਤ ਮਹੱਤਵਪੂਰਨ ਹੈ। ਸਵਾਲ 15 ਅਗਸਤ ਨਾਲ ਵੀ ਜੁੜਿਆ ਹੋਇਆ ਹੈਗਾ, ਕਿਉਂਕਿ ਜੋੜਿਆ ਜਾ ਰਿਹਾ ਹੈਗਾ, ਅਸੀਂ ਨਹੀਂ ਜੋੜ ਰਹੇ, 15 ਅਗਸਤ ਨਾਲ ਜੋੜਿਆ ਜਾ ਰਿਹਾ ਕਿ ਇਸ ਵਾਰ 15 ਅਗਸਤ ਤੋਂ ਪਹਿਲਾਂ ਆਰਟੀਕਲ 35 'ਤੇ ਕੋਈ ਵੱਡਾ ਫੈਸਲਾ ਆ ਸਕਦਾ ਹੈਗਾ। ਪਤਾ ਨਹੀਂ ਆਵੇਗਾ ਕਿ ਨਹੀਂ ਆਵੇਗਾ, ਪਰ ਇਸ ਵਕਤ ਜੰਮੂ ਕਸ਼ਮੀਰ ਦੀ ਸਿਆਸਤ ਦੇ ਵਿਚਾਲੇ ਇਹ ਭੁਚਾਲ ਆਇਆ ਹੋਇਆ ਅਤੇ ਹੁਣ ਸਰਬ ਪਾਰਟੀ ਮੀਟਿੰਗ ਦਾ ਸੱਦਾ ਵੀ ਦਿੱਤਾ ਜਾਣ ਲੱਗ ਪਿਆ ਹੈਗਾ ਅਤੇ ਬਹੁਤ ਸਾਰੇ ਸਵਾਲ ਪੁੱਛੇ ਜਾਣ ਕਿ ਪ੍ਰਧਾਨ ਮੰਤਰੀ ਸਾਹਿਬ ਕੀ ਸੋਚਦੇ ਆ, ਉਹਨਾਂ ਦਾ ਵਿਜ਼ਨ ਕੀ ਹੈਗਾ, ਗ੍ਰਹਿ ਮੰਤਰੀ ਸਾਹਿਬ ਕੀ ਸੋਚਦੇ, ਉਹਨਾਂ ਦਾ ਵਿਜ਼ਨ ਕੀ ਹੈਗਾ, ਅਤੇ ਜੰਮੂ ਕਸ਼ਮੀਰ ਦੀ ਸਿਆਸਤ ਕੀ ਸੋਚਦੀ ਹੈ, ਅਤੇ ਇਸ ਦੇ ਪਰਦੇ ਪਿੱਛੇ ਅਮਰੀਕਾ, ਪਾਕਿਸਤਾਨ ਤੋਂ ਚਾਈਨਾ ਤੱਕ ਕੀ ਸੋਚਦੇ ਹੈਗੇ। ਬਹੁਤ ਸਾਰੇ ਸਵਾਲ ਹੋਣਗੇ, ਆਰਟੀਕਲ 35 ਇੱਥੇ ਪੋਲੀਟਿਕਸ ਕਿਉਂ? ਆਰਟੀਕਲ 35 ਹੈ ਕੀ ਹੈ ਪਹਿਲਾਂ ਤੁਹਾਨੂੰ ਉਹ ਥੋੜ੍ਹਾ ਜਿਹਾ ਗ੍ਰਾਫਿਕਸ ਦੇ ਜ਼ਰੀਏ ਦੱਸ ਦਈਏ। ਸੰਵਿਧਾਨ ਦੇ ਇਸ ਆਰਟੀਕਲ ਮੁਤਾਬਕ ਜੰਮੂ ਕਸ਼ਮੀਰ ਲਈ ਖਾਸ ਰਿਆਇਤਾਂ ਦਾ ਪ੍ਰਬੰਧ ਹੈ। 35 ਇਹ ਸੂਬੇ ਨੂੰ ਹੱਕ ਦਿੰਦਾ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਪ੍ਰਭਾਸ਼ਿਤ ਕਰ ਸਕੇ। ਸੂਬੇ ਤੋਂ ਬਾਹਰਲੇ ਲੋਕ ਕੋਈ ਚੱਲ ਜਾਂ ਅਚਲ ਜਾਇਦਾਦ ਨਹੀਂ ਖਰੀਦ ਸਕਦੇ। ਸੂਬੇ ਤੋਂ ਬਾਹਰਲੇ ਲੋਕ ਕਿਸੇ ਸਰਕਾਰੀ ਸਕੀਮ ਦਾ ਲਾਭ ਨਹੀਂ ਲੈ ਸਕਦੇ। ਸੂਬੇ ਤੋਂ ਬਾਹਰਲੇ ਲੋਕ ਸਰਕਾਰੀ ਨੌਕਰੀ ਨਹੀਂ ਕਰ ਸਕਦੇ। ਇਹ ਸਾਰੇ ਬਿੰਦੂ ਹੈਗੇ ਆ ਜਿਹੜੇ ਮਹੱਤਵਪੂਰਨ ਹੈਗੇ। ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਇਸ ਡਿਬੇਟ ਦੇ ਵਿੱਚ ਤੁਹਾਨੂੰ ਕਲੀਅਰ ਹੋ ਜਾਣਗੀਆਂ। ਸਵਾਲ ਇੱਕ ਪੁੱਛਾਂਗੇ, ਵੱਡਾ ਸਵਾਲ ਇਸ ਬਹਿਸ ਦੇ ਵਿੱਚ ਪੁੱਛਿਆ ਜਾਵੇਗਾ, ਆਰਟੀਕਲ 35 ਤੇ ਪਏ ਪੁਆੜੇ 'ਚ ਪਰਦੇ ਪਿੱਛੇ ਕਿਹੜੀ ਸਿਆਸੀ ਸਕ੍ਰਿਪਟ ਹੈ? ਇਸੇ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰੁਫ ਕਰਾ ਰਿਹਾ। ਵਿਕਰਮਜੀਤ ਸਿੰਘ ਸੀਨੀਅਰ ਪੱਤਰਕਾਰ ਨੇ, ਵਿਕਰਮਜੀਤ ਸਿੰਘ ਹਰੀ ਇਸ ਜੰਮੂ ਕਸ਼ਮੀਰ ਦੀ ਸਿਆਸਤ ਨੂੰ ਬਹੁਤ ਬਿਹਤਰ ਤਰੀਕੇ ਨਾਲ ਸਮਝਦੇ ਆ ਅਤੇ ਉੱਥੋਂ ਦੇ ਸੁਰੱਖਿਆ ਬੰਦੋਬਸਤਾਂ ਦੇ ਵਿੱਚ ਕਦੋਂ ਵਾਧਾ ਕੀਤਾ ਜਾਂਦਾ ਅਤੇ ਕਿਉਂ ਵਾਧਾ ਕੀਤਾ ਜਾਂਦਾ ਉਸ ਬਾਰੇ ਵੀ ਵਿਕਰਮਜੀਤ ਸਿੰਘ ਹਰਾਂ ਨੂੰ ਚੰਗੀ ਤਰ੍ਹਾਂ ਜਾਣਕਾਰੀ ਹੈਗੀ ਹੈ। ਵਿਕਰਮਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਭੁੱਲਰ ਭਾਰਤੀ ਜਨਤਾ ਪਾਰਟੀ ਦੇ ਬਾਰੇ ਆ ਅਤੇ ਭੁੱਲਰ ਸਾਹਿਬ ਦਾ ਪਿਛੋਕੜ ਆ ਜਿਹੜਾ ਅਤੇ ਨਾਤਾ ਜਿਹੜਾ ਸਿੱਧਾ ਸਿੱਧਾ ਸੰਘ ਦੇ ਨਾਲ ਜੁੜਿਆ ਹੋਇਆ ਅਤੇ ਸੰਘ ਦੀ ਜਿਹੜੀ ਰਣਨੀਤੀ ਹੈ ਕਿ ਉਹ ਜੰਮੂ ਕਸ਼ਮੀਰ ਦੇ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈਗੀ ਹੈ, ਇਸ ਕਰਕੇ ਭੁੱਲਰ ਸਾਹਿਬ ਨੂੰ ਸੱਦਿਆ। ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਫਹੀਮਉਦੀਨ ਦਾਰ ਇਹ ਚੇਅਰਮੈਨ ਨੇ ਜੰਮੂ ਕਸ਼ਮੀਰ ਸਟੂਡੈਂਟ ਆਰਗੇਨਾਈਜੇਸ਼ਨ ਦੇ, ਅਤੇ ਫਹੀਮ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਉੱਥੋਂ ਦਾ ਨੌਜਵਾਨ ਵਰਗ ਕੀ ਸੋਚਦਾ ਹੈਗਾ ਅਤੇ ਜਿਹੜੀ ਸਰਗਰਮ ਸਿਆਸਤ ਹੈ ਕੀ ਹੈ ਉਹ ਕੀ ਸੋਚਦੀ ਹੈ ਅਤੇ ਜਿਹਨਾਂ ਨੂੰ ਵੱਖਵਾਦੀ ਕਿਹਾ ਜਾਂਦਾ ਹੈਗਾ ਉਹ ਕੀ ਸੋਚਦੇ ਹੈਗੇ ਅਤੇ ਇਸ ਸਭ ਦੇ ਪਿੱਛੇ ਪਾਕਿਸਤਾਨ ਦਾ ਕਿਹੜਾ ਰੋਲ ਰਹਿੰਦਾ ਹੈਗਾ ਅਤੇ ਪਾਕਿਸਤਾਨ ਅਤੇ ਪੋਲੀਟਿਕਸ ਕਿਉਂ ਉੱਥੇ ਭਾਰੂ ਰਹਿੰਦੀ ਹੈਗੀ ਹੈ ਉਹ ਫਹੀਮ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਫਹੀਮ ਤੁਹਾਡਾ ਬਹੁਤ ਸਵਾਗਤ ਹੈ। ਅਰਜੀਵ ਗੁਦਾਰਾ ਸਾਹਿਬ ਸਵਰਾਜ ਇੰਡੀਆ ਦੇ ਬੁਲਾਰੇ ਨੇ, ਅਰਜੀਵ ਗੁਦਾਰਾ ਸਾਹਿਬ ਤੋਂ ਜਾਣਕਾਰੀ ਲੈਣੀ ਇਸ ਲਈ ਮਹੱਤਵਪੂਰਨ ਹੈਗੀ ਹੈ ਕਿਉਂਕਿ ਜਦੋਂ ਪ੍ਰਸ਼ਾਂਤ ਭੂਸ਼ਣ ਹਰਾ ਦਾ ਜਦੋਂ ਜ਼ਿਕਰ ਹੁੰਦਾ ਹੈਗਾ ਅਤੇ ਜਦੋਂ ਯੋਗਿੰਦਰ ਯਾਦਵ ਹਰਾ ਜ਼ਿਕਰ ਹੁੰਦਾ ਤਾਂ ਖੁਦ ਫਿਰ ਅਰਜੀਵ ਗੁਦਾਰਾ ਹਰਾ ਤੋਂ ਸਮਝਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ ਕਿ ਅਸਲ ਵਿੱਚ ਇਸ ਸਿਆਸਤ ਨੂੰ ਚਾਹੀਦਾ ਕੀ ਹੈਗਾ ਜੰਮੂ ਕਸ਼ਮੀਰ ਤੋਂ। ਜੰਮੂ ਕਸ਼ਮੀਰ ਦੇ ਸਿਆਸੀ ਪਰਤੇ ਪਿੱਛੇ ਕੋਈ ਹੋਰ ਰਣਨੀਤੀ ਤਾਂ ਨਹੀਂ ਬਣਾਈ ਜਾ ਰਹੀ ਹੈ ਕਿ ਅਰਜੀਵ ਗੁਦਾਰਾ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਕਿਉਂਕਿ ਇਹ ਸਵਰਾਜ ਦੀ ਗੱਲ ਕਰਦੇ ਆ। ਗੁਦਾਰਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਹਰਜੀਤ ਭੁੱਲਰ ਤੁਹਾਨੂੰ ਕਰਨਾ ਚਾਹੁੰਗਾ। ਹਰਜੀਤ ਭੁੱਲਰ, ਜਿਹੜੀ ਮੂਵਮੈਂਟ ਹੋ ਰਹੀ ਹੈ ਜੰਮੂ ਕਸ਼ਮੀਰ ਦੇ ਵਿਚਾਲੇ, ਇਸ ਮੂਵਮੈਂਟ 'ਚ ਜਿਹੜੀ ਸਿਆਸੀ ਮੂਵਮੈਂਟ ਕੀਤੀ ਜਾ ਰਹੀ ਹੈਗੀ ਹੈ, ਭਾਰਤੀ ਜਨਤਾ ਪਾਰਟੀ ਆਰਟੀਕਲ 35A 'ਤੇ ਇਸ ਵੇਲੇ ਕੀ ਪਲਾਨ ਬਣਾਈ ਬੈਠੀ ਹੈ, ਕੀ ਤੁਸੀਂ ਦੱਸ ਸਕਦੇ ਹੋ? ਜਾਂ ਆਰਟੀਕਲ 35A 'ਤੇ ਜਿਵੇਂ ਪਹਿਲਾਂ ਸਿਆਸੀ ਪੁਆੜਾ ਪਵਾਇਆ ਸੀਗਾ, ਹੁਣ ਵੀ ਪੁਆੜਾ ਹੀ ਰਹਿ ਜੂਗਾ? ਦੇਖੋ, ਇਹ ਦੋ ਚੀਜ਼ਾਂ ਨੇ। ਇੱਕ ਜਿਹੜੀ ਮੂਵਮੈਂਟ ਦੀ ਗੱਲ ਕਰ ਰਹੇ ਹੋ, ਮੂਵਮੈਂਟ ਹੈਗੀ ਹੈ ਸਰਕਾਰ ਦੀ, ਸਰਕਾਰ ਹੈ ਹਿੰਦੁਸਤਾਨ ਦੀ, ਭਾਰਤੀ ਜਨਤਾ ਪਾਰਟੀ ਦੀ ਹੁਣ ਦੀ ਕੋਲ ਨੂੰ ਭਾਰਤੀ ਜਨਤਾ ਪਾਰਟੀ ਆਪਣੀ ਪਾਰਟੀ ਹੈ, ਉਹਦੀ ਆਪਣੀ ਜਿਹੜੀ ਮੰਗ ਹੈ ਕਿ ਉੱਥੇ ਦੋ ਸੰਵਿਧਾਨ ਨਹੀਂ ਹੋਣੇ ਚਾਹੀਦੇ। ਔਰ ਉਹ 'ਚ ਬੜਾ ਕਲੀਅਰ ਹੈ ਸ਼ੁਰੂ ਤੋਂ ਅਸੀਂ ਕਿ ਉੱਥੇ ਜਿਹੜਾ ਹੈਗਾ ਉਹਨੂੰ ਓਪਨ ਕਰਨਾ ਚਾਹੀਦਾ, ਟੈਰਰਿਜ਼ਮ ਨੂੰ ਉੱਥੇ ਖਤਮ ਕਰਨਾ ਚਾਹੀਦਾ। ਔਰ ਉਹਦੇ ਵਾਸਤੇ ਅਗਰ ਸਰਕਾਰ ਨੂੰ ਕੁਛ ਕਰਨਾ ਪੈਂਦਾ ਔਰ ਉਹ ਕੁਛ ਕਰਨਾ ਚਾਹੁੰਦੀ ਹੈ ਤਾਂ ਮੈਨੂੰ ਲੱਗਦਾ ਕਿ ਉਹਦੇ ਲਈ ਓਪਨ ਹੈ ਸਾਰਾ ਕੁਛ। ਕੀ ਕਰਨ ਜਾ ਰਹੇ ਹੋ ਆਰਟੀਕਲ 35 ਬਾਰੇ ਤੁਸੀਂ? ਦੇਖੋ, ਇਹ ਤਾਂ ਹੁਣ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਦੱਸੇਗਾ। ਮੈਂ ਤਾਂ ਪਹਿਲੇ ਬੜੀ ਕਲੀਅਰਲੀ ਤੁਹਾਨੂੰ ਦੱਸਦਾ ਅੱਜ ਦਾ ਨਹੀਂ, ਜੰਮੂ ਕਸ਼ਮੀਰ ਦੀ ਸਿਆਸਤ ਕਹਿੰਦੀ ਭੁੱਲਰ ਸਾਹਿਬ ਤੁਸੀਂ ਅੱਗ ਨਾਲ ਖੇਡ ਰਹੇ ਹੋ। ਦੇਖੋ, ਅੱਗ ਨਾਲ ਤਾਂ ਪੰਜਾਬ 'ਚ ਵੀ ਖੇਡੇ ਸੀਗੇ, ਅਲਟੀਮੇਟ ਡਿਸੀਜਨ ਲੈਣਾ ਪੈਣਾ ਅੱਗ ਦੇ ਇਸ ਟਾਈਮ ਲੱਗੀ ਹੋਈ ਹੈ। ਪੰਜਾਬ ਤੇ ਕਸ਼ਮੀਰ ਨੂੰ ਮਿਲਾ ਕੇ ਦੇਖਿਆ ਜਾ ਸਕਦਾ? ਦੇਖੋ, ਕਸ਼ਮੀਰ ਦੇ ਵਿੱਚ ਅੱਜ ਤੇ ਅੱਗ ਲੱਗੀ ਹੋਈ ਹੈ, ਇਹ ਅੱਜ ਦੀ ਨਹੀਂ ਲੱਗੀ ਹੋਈ, 89 ਤੋਂ ਲੱਗੀ ਹੋਈ ਹੈ। ਤੁਸੀਂ ਸਿੱਧਾ ਕਹੋ ਨਾ ਸੀ ਅੱਗ ਬੁਝਾਉਣ ਲੱਗੇ ਜਾਂ ਲਾਉਣ ਲੱਗੇ ਆ? ਸਿੱਧਾ ਅੱਗ ਬੁਝਾਉਣ ਦਾ ਕੰਮ ਕਰ ਰਹੇ ਹਾਂ ਵੀ ਅਸੀਂ ਇਹਨੂੰ ਖਤਮ ਕੀਤਾ ਜਾਵੇ। ਇਹ ਜਿਹੜਾ ਵਾਰ-ਵਾਰ ਜਿਹੜਾ ਇੱਕ ਇਸ਼ੂ ਕ੍ਰੀਏਟ ਹੁੰਦਾ ਹੈ ਜਿਹਦੇ ਉੱਤੇ ਜਿਹੜੇ ਨਾਂ ਲੈ ਕੇ ਜਿਹੜੀ ਉੱਥੋਂ ਦੀਆਂ ਪੋਲੀਟੀਕਲ ਪਾਰਟੀਜ਼ ਨੇ ਜਿਨ੍ਹਾਂ ਨੂੰ ਆਪਣਾ ਘਰ ਦਾ ਫਾਇਦਾ ਸੋਚਦੇ, ਜਿਹੜੇ ਖਾਨਦਾਨੀ ਕੰਮ ਜਿਹੜਾ ਉਹਨੇ ਚਲਾਇਆ ਹੋਇਆ ਉਹਨਾਂ ਦਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ, ਉਹ ਖਤਮ ਕੀਤਾ ਜਾਵੇ ਇਹਨੂੰ। ਠੀਕ ਆ ਫਹੀਮ, ਜਿਹੜਾ ਹੁਣ ਸਭ ਕੁਝ ਹੋ ਰਿਹਾ ਜੰਮੂ ਕਸ਼ਮੀਰ ਦੀ ਪੋਲੀਟਿਕਸ ਦੇ ਵਿੱਚ, ਤੁਹਾਡੇ ਵਰਗਾ ਨੌਜਵਾਨ ਵਰਗ, ਉੱਥੋਂ ਦੀ ਸਰਗਰਮ ਸਿਆਸਤ, ਉਸ ਸਭ ਦੇ ਵਿਚਾਲੇ
जिन्हां नूं वक्खवादी कहा जाता उस सियासत नाल तुसीं सांझे तौर पर इकट्ठे हो जां वक्ख-वक्ख हजे भी नज़र आ रहे हो? जी देखिए, जहाँ तक ये 35A का सवाल है या 370 का सवाल है, ये हमारी एक आइडेंटिटी और यही है जिनके मेरा सवाल बड़ा सीधा। हाँ हाँ बिल्कुल, वक्खवादी पॉलिटिक्स ते जड़ी सरगर्म सियासत है की है वो सारे इस मुद्दे ते इकट्ठे है जां हजे भी वक्ख-वक्ख? जी बिल्कुल, इस मुद्दे के हम बिल्कुल इकट्ठे हैं यहाँ पे, और ये यहाँ पे 35A को छेड़ना ये बिल्कुल ऐसा समझना है कि पूरे अपने ही घर में आग लगाने के बराबर। क्यों होगा 35A छेड़ना? जी वहाँ जो कोई भी तबका है वो किसी भी सूबे से ताल्लुक रखता है, वो इस मुद्दे में बिल्कुल इकट्ठे हो रहे हैं और हर कोई इसके लिए इकट्ठे हो जाएगा। और ये जो बीजेपी की गवाच जूगा जम्मू कश्मीर का, की गवाच जूगा? जी इसलिए इकट्ठे हो रहे क्योंकि हमारा इस एक स्पेशल स्टेट से, और हम हिंदुस्तान से जब मिले ही थे तो इसी के आधार पे मिले थे, हमारा तो कोई इनके साथ कोई लेना देना नहीं। फैसला तो भारत नाल वक्ख हो जाओगे? जी बिल्कुल, यही है जिसके आधार पे हम इनके साथ जुड़े हैं। अगर यही चाहते, अब नेहरू और इनने यही अकॉर्ड हुआ था इसके बीच में। लगता है कि आपको ज्यादा इसकी समझ नहीं है, आप सिर्फ इसके लिए नहीं मिले थे। ना ना ना, ये टेंपरेरी ना ना ना, एक मिनट बना रहे आ रहा बोल रहा। फहीम, मैनू एक चीज समझाओ, ਤੁਸੀਂ ਜੇ ਤੁਸੀਂ ਆਰਟੀਕਲ 35 ਇਹ ਤੋਂ ਕੋਈ ਫੈਸਲਾ ਹੁੰਦਾ, ਤੁਸੀਂ ਕਹਿੰਦੇ ਅਸੀਂ ਭਾਰਤ ਨਾਲ ਵੱਖ ਹੋ ਜਾਾਂਗੇ, ਜਾਊਂਗਾ ਕਿੱਥੇ? जी जाने का कोई सवाल नहीं, हमारी अपनी आइडेंटिटी थी, हम जैसे थे वैसे ही रखो, हमें क्या करना है इनके साथ? अभी तक क्या हुआ? बजाय तो 35A को छेड़ने से वहाँ सिक्योरिटी सिचुएशंस देखिए, वहाँ अमन पे फोकस कीजिए। बस यही 35A ट्रूप्स भेज रहे, वो किस लिए भेज रहा है? वायलेंस करे, वायलेंस से आज तक कोई बीजेपी बीजेपी चाहती है कि वहाँ हालात खराब हो जाए, इसीलिए वहाँ पे ट्रूप्स भेज रहे, कोई अमन का पैगाम ले आइए। जिहड़ा फहीम ने सवाल चुकया हैगा कि जिहड़ी ये गिनती वधाई जा रही है सुरक्षा बलों की, उत्थे शांति भंग करनी है, शांति कायम नहीं करनी? एक तो वेखो, जे किते भी तुसी जदों इस तरह की सुरक्षा बधाने हो तो स्वाभाविक सवाल लोगों के मन च उठता है कि अचानक की होया, जे पुलवामा होया, कोई इस तरह की घटनावां हुई ने, फिर सुरक्षा बधाने का एक मैसेज हुंदा। जदों इस तरह की घटनावां तुरंत नहीं हुई तो अचानक सुरक्षा एजेंसियों की गिनती वधदी है, वो मैसेज अड़ तरह होंगे ने। मैसेज अड़ तरह दो तरह होंगे ने, उहदे विच वी जिहड़ा जम्मू कश्मीर का जिहड़ा नागरिक है, जिहड़ा उत्थों दा वासिंदा है, वह इहनूं एक तरह वेखदा है, हो सकता है इंडिया दूजे पासे वेख्या होंदा दूजी तरह वेखे, उत्थों दी पॉलिटिक्स करन वाला उहनूं एक तरह दे नाल आर्टिकुलेट करदा है। इंडिया दे विच बाकी थां हिंदू मुस्लिम की नफरत की पॉलिटिक्स करन वाले दूजी तरह वेख सकते हैं, या तीजा जिहड़ा भारत नूं कश्मीर ते बाकी देश नूं भी जोड़ के रखना चाहता है, एकता बना के रखना चाहता है, उन्हां दे कंसर्न नूं भी सुनना चाहता है, दे बाकी देश दे कंसर्न नूं भी सुनना चाहता, वह होर तरह इहनूं इंटरप्रेट करेगा। इस करके हुण जिहड़ी घटनावां हो रही ने, 35A दा जिहड़ा फैसला आने की गल हो रही है, तो सरकार जिस तरह कर रही है उहदे विच उत्थों दे लोक जे तों इहनूं लैके आशंकित ने, भयभीत ने, तो इहनूं कोई अनहोनी गल नहीं कहा जा सकता। किसी भी समाज दे विच जदों इस तरह की घटना घटदी है तो समाज जिस तरह वेखदा है, तुहानूं इक होर गल करना चाहुंदा, स्वराज इंडिया किस तरीके देखदा? स्वराज इंडिया इह वेखदा है कि उत्थे सुरक्षा वधाउण तों नाल नहीं, लोकां नाल गल करके, जिहड़ा कदे अटल बिहारी वाजपेई ने कहा सी, इंसानियत डायलॉग होना चाहिए, डायलॉग होना चाहिए, इंसानियत, मतलब बेसिक मैसेज ये जाना चाहिए उतों की वासिंदियां नूं कि असी इंसानियत दे, मानवता दे मुहावरे दे विच उस भाव नाल तुहाडे नाल गल करन नूं तैयार हाँ, असी उहदे विच सारी गल नूं वेखना चाहुंदे हाँ। मैं तुहानूं इसे गल का जिक्र कर रहा सी, तुसीं जे वेख्या होए पिछले दिनां इत्थों दे होम मिनिस्टर साढ़े अमित शाह उत्थे गए तो उन्होंने कहा कि जिहड़ी पंचायतां ने वह पंचायतों ग्राम सभाओं नूं ज़्यादा अधिकार दिते जाणगे। लगातार उत्थे पंचायतों की इलैक्शन नहीं, बार बार नहीं हुई जिन्हें होने चाहिए सी, फिर पहली बार होया कि पंचायतों तय करनगियां कि उत्थे डेवलपमेंट के की काम हो, यह जिहड़ा गेस्चर सी इहनूं उत्थों जनता स्वाभाविक एक सी उस तरह वेखेगी। उत्थे टीवी ते जिहड़े तुसीं सीन वेखोगे उत्थे लोक आए ने, वह एक तरह महसूस कर रहे हैं कि साडे हाथ च कुछ पावर आ रही है, सानूं कुछ रिसोर्सिज आ रहे हैं, असीं फैसला आप करांगे। यह जिहड़ा किसी भी समाज का असीं फैसले आप करांगे, साडी गल सुणो, यह जिहड़ा विचार है बहुत महत्वपूर्ण है। जदों जदों कोई भी सत्ता किसी भी समाज के इस भाव नूं रोम देगी उदों उदों रिएक्ट करेगा। आर्टिकल 35A ते छेड़छाड़ दे खिलाफ है स्वराज इंडिया। आर्टिकल 35A जिहड़ा वो एक पर्टिकुलर संदर्भ दे विच बने, उस संदर्भ नूं याद रखना चाहिए, उत्थों दे लोकां नाल गल करके वो जो सहमति बनती हो फिर इस बारे अगली गल होनी चाहिए। यह आउटराइडली कि एक जम्मू कश्मीर नूं किनारे कर दिओ, बाकी देश दे विच असीं एक तरह की सत्ता कर लाँगे। पंजाब ने ऐसी चीज़ का जिहड़ी पीड़ सी हंडाई है, पंजाब दे विच एक दौर आया सी जदों पंजाब दे विच तुसीं एक तरह एक्शन किया ताकि बाकी देश दे विच दूजा रिएक्शन होएगा। यह जी घटनावां ने आ, यह देश बनाने की गल नहीं, जिहड़ा राष्ट्रवाद असीं कहिंदे आ, यह स्वतंत्रता अंदोलन तो उभरे हुए राष्ट्रवाद नहीं गा, यह राष्ट्र नूं तोड़न दीआं गल्लां ने। समाज दे जिहनूं तुसीं कहिंदे हो असीं इक आ, तुसीं कहिंदे हो जम्मू कश्मीर साडा अभिन्न अंग है,
जो असं विभिन्न अंग है तो असं आपके शरीर के किसी अंग में भी ये नहीं कर सकते कि कट्टन की गल करिए पीड़ देने की गल करिए असी हर अंग का बराबर हिसाब रखिए ध्यान रखिए ताई अगे गल तुरेगी। एक छोटा ब्रेक लेने ब्रेक तो वापस आवेंगे। आर्टिकल 35 ते पॉलिटिक्स क्यों हो रही है इसके पिछले सियासी स्क्रिप्ट है की है उसमें समझने की कोशिश कर रहे हैं। ब्रेक तो वापस आ रहे हैं कोशिश कर रहे हैं कि संजीदा चर्चा हो। सवाल एक पुछने वाला सवाल असं ये पूछ रहे हैं आर्टिकल 35 ते पाए पुआड़े च परते पिछे कि सियासी स्क्रिप्ट है। विक्रमजीत सिंह इस पूरे संदर्भ के विचाले जो सब कुछ हो रहा जो सब कुछ देख रहा है इस पिछे कोई सियासी स्क्रिप्ट है? आई थिंक ये जो एम्फोसिस है कि ट्रुप्स 10,000 सेंट्रल आर्म पैरा पुलिस फोर्स CAPFs कहते हैं कश्मीर में गए हैं वो ज़्यादा एम्फोसिस आई थिंक इज बिंग लेड के आर्टिकल 35A नू रिमूव करने की तैयारी। आई डोंट थिंक दैट इज़ वेरी वेरी गुड वे ऑफ सीइंग इट क्योंकि तुम्हें याद होगा कि बालाकोट एयर स्ट्राइक्स तो पहला भी ट्रुप्स वर मूव्ड इनटू कश्मीर और सेम रूमर चलिया सी कि 30 रूमर लगता है। आई थिंक इट इज स्पेकुलेशन एंड इट इज बीइंग एक्सप्लॉइटेड बाय पॉलिटिकल पार्टीज। उन्होंने थोड़ा रोक रहे हैं विक्रम जी, हाँ जी जेड़ा तुसी जिक्र किया है बालाकोट का, हाँ जी मैं उस इतफाक रखता उदो भी यही कुछ होया सी राइट। पर सवाल हैगा जिस तरीके रिएक्ट किया जा रहा है जम्मू कश्मीर की सियासत वालों उदो यहोजा रिएक्शन नहीं होया सी जेड़ा हुण रिएक्शन दिता जा रहा है? नहीं देखो जम्मू कश्मीर की जी कश्मीर सेंट्रिक पार्टीज ने वो 35A का थ्रैट न रिमूवल का बहुत हाइप करेंगे क्योंकि उन्होंने इलेक्शन प्लैंक है। इलेक्शन अक्टूबर में हो सकती है वो बाद हो सकती है इट कैन हैपन भी कह रहे चोना होनी चाहिए चेनिया बिल्कुल सो दे विल रेज दिस। सो इवन इफ 35 सी देखो BJP का 35A और 370 रिमूव करने की पक्का एजेंडा हैगा। ये एक हिंदुत्व का पोलिटिकल प्रोजेक्ट है टू रिमूव 370 एंड 35A ठीक है ना। सो दे आर गोइंग टू ट्राई एंड डू इट वन डे। क्वेश्चन ये है कि आर दे गोइंग टू डू इट राइट नाउ एंड वाई से कि उस लॉजिक कट है क्योंकि इफ यू बड़ी इंपॉर्टेंट गल ये हैगी है कि अमरनाथ यात्रा चल रही है एट द मोमेंट। अगर कश्मीर में 35A रिमूव कर देने एट दिस जंक्चर दे विल बी अ लॉट ऑफ स्ट्रीट टर्बुलेंस एंड स्ट्रीट वायलेंस और इस अपहीवल विच अमरनाथ यात्रा विल टेक द डायरेक्ट इम्पैक्ट। सो आई डोंट थिंक दैट द BJP गवर्नमेंट एट द मोमेंट हैज़ के अभी 35A इस जंक्चर से रिमूव करिए। नहीं जो मैं ज़्यादा थ्रेट लग रही है इज एक्चुअली जी ओवरऑल स्ट्रैटेजिक सिचुएशन चेंज हो रही है कि जो अफगानिस्तान विच ट्रंप ने इमरान खान नू एक बड़ा क्लीयर सिग्नल दिता है कि पाकिस्तान अफगानिस्तान विच असेंडेंट हो रहा है अलोंग विद तालिबान और उदे जो रिपोर्ट्स आ रही ने कि अफगानिस्तान विच जिहड़े तालिबान इस्लामिक स्टेट और लश्कर तोयबा और जैश ए मोहम्मद पाकिस्तान तो उत्थे जाके इन लिंक विद तालिबान इस्लामिक स्टेट दे मे अटैक इंडियन एसेट्स इन अफगानिस्तान और अगर इंडियन एसेट्स इन अफगानिस्तान विच आर वेरी सबसटैशल 7.5 इंजीनियर किडनैप भी हुए हैं तालिबान दे आर इन दर कस्टडी विच इज़ अ वेरी बिग थिंग। अगर अफगानिस्तान विच ये जिहादी उत्थे अटैक शुरू कर दें फिर उदा इंपैक्ट सीधा कश्मीर ते आंदा और इंडिपेंडेंस डे आ रहा है August 15th दी कश्मीर दे DGP भी स्टेटमेंट है कि वी आर बेसिकली डूइंग इट बिकॉज ऑफ इनहेंस सिक्योरिटी क्योंकि अगर इंडिपेंडेंस डे ते बड़ा वड्डा अटैक आंदा है दैन सब तो वड्डी प्रॉब्लम ये आ रही है कि अगर अज बहुत वड्डा अटैक आंदा है लाइक पुलवामा 40 बंदे मर गए दैन द मोदी गवर्नमेंट इज़ अंडर अ वेरी हैवी कंपल्शन टू मिलिटैरली रिटैलिएट एट अ मच हायर लैवल दैन ईवन बालाकोट। तो फिर परसैप्शन ये क्यों जा रही है विक्रम जी कि आर्टिकल 35 ते फैसला होना है इसलिए सब कुछ किया जा रहा है बहस इस गल छिड़ी हुई है कि 15 अगस्त तो पहला यह फैसला आ जाना है कश्मीरी कह रहे हैं कि कट्ठे हो जाओ सारे कट्ठे होना पौ नहीं मैं कह रहा ना कि पोलिटिकल पार्टीज विच आर इनवॉल्व इंक्लूडिंग द BJP गवर्नमेंट विच इज़ नॉट क्लैरिफाइंग द इशू। यू सी द प्रॉब्लम जी बहुत सीरियस है इज़ द अफगानिस्तान सिचुएशन। अफगानिस्तान का डायरेक्ट इंपैक्ट आना है कश्मीर ते पाकिस्तान दे प्रधानमंत्री इमरान खान थी ट्रंप ना मुलाकात दा ए इंपैक्ट है टोटली बिल्कुल ओते लिंक्ड है। इफ यू नोटिस है जिहड़ी ट्रुप मूवमेंट हुई है इट हैज हैपेंड ओनली अ फ्यू डेज आफ्टर द ट्रंप इमरान खान मीटिंग जस्ट अ फ्यू डेज आफ्टर दैट ट्रुप मूवमेंट हुई है। देयर इज अ थ्रेट परसेप्शन देखो सैटरडे नू इनफिल्ट्रेशन दा एक बड़ा वड्डा अटैम्प्ट होया मच्छल सैक्टर विच LOC ते फायरिंग फेयर चालू हो गई है रजौरी पुंछ सैक्टर के अंदर अगेन LOC इज कमिंग अलाइव। सो देर इज़ फेयर दैट द इनफिल्ट्रेशन विल रिज्यूम और क्योंकि पाकिस्तान अज फील कर रहा है कि अमेरिका ने उन्हों का साथ दे रही है तुसी देखो ना अमेरिका ने इंडिया और पाकिस्तान को फिर हाइफनेट करता है। कल या परसों उन्होंने स्टेट डिपार्टमेंट ने
ਪਾਕਿਸਤਾਨ ਨੂੰ 125 million dollars ਦੀ F-16 ਸਪੋਰਟ ਸੇਲ ਉਹਨਾਂ ਦੀ ਰਿਜ਼ਿਊਮ ਕਰਤੀ ਹੈ ਮਿਲਟਰੀ ਏਡ, ਨਾਲ ਹੀ ਆਰਡਰ ਇਸ਼ੂ ਕਰਤਾ ਕਿ ਇੰਡੀਆ ਨੂੰ ਵੀ ਮਿਲੂਗਾ। ਸੋ ਇੰਡੀਆ ਹੈਜ਼ ਬੀਨ ਅਗੇਨ ਹਾਈਫਨੇਟਿਡ ਵਿਦ ਪਾਕਿਸਤਾਨ। ਕੁੱਲ ਮਿਲਾ ਕੇ ਇਹ ਟੈਨਸ਼ਨ ਟਰੰਪ ਦੀ ਦਿੱਤੀ ਹੋਈ ਹੈ। ਮਾਈ ਕਨਵਿਕਸ਼ਨ ਇਜ਼ ਦੈਟ ਦਿਸ ਹੈਜ਼ ਮੋਰ ਟੂ ਡੂ ਵਿਦ ਦੀ ਸਟ੍ਰੈਟੇਜਿਕ ਸਿਚੁਏਸ਼ਨ ਐਂਡ ਇਟਸ ਇੰਪੈਕਟ ਔਨ ਦ ਜਿਹਾਦੀਸ, ਕਿਉਂਕਿ ਜਿਹਾਦੀਜ਼ ਨੂੰ ਜਦ ਲੱਗਿਆ ਕਿ ਅਮੈਰੀਕਾ ਇਹਨਾਂ ਦੇ ਨਾਲ ਆ ਗਿਆ ਪਾਕਿਸਤਾਨ ਦੇ, ਉਹ ਆਪਣਾ ਫੇਰ ਸ਼ੁਰੂ ਕਰ ਸਕਦੇ ਨੇ ਕਸ਼ਮੀਰ ਵਿੱਚ। ਆਰਟੀਕਲ 35 ਏ, ਯੈਸ NDA ਹੈਜ਼ ਐਨ ਏਜੰਡਾ, ਦੇ ਵਾਂਟ ਟੂ ਰਿਮੂਵ ਇਟ, ਬਟ ਮਾਈ ਓਨਲੀ ਡਾਊਟ ਇਜ਼ ਦੈਟ ਨੋਟ ਐਟ ਦਿਸ ਜੰਕਚਰ। ਠੀਕ ਹੈ ਪੱਲਰ ਸਾਹਿਬ, ਵਿਕਰਮਜੀਤ ਹਰਨ ਜਿਹੜੀ ਗੱਲ ਕਹੀ ਹੈ ਕਿ ਇਹ ਜੋ ਸਿੱਧਾ ਸਿੱਧਾ ਅਫਗਾਨਿਸਤਾਨ ਦੇ ਬਾਰੇ ਜੋ ਟਰੰਪ ਅਤੇ ਇਮਰਾਨ ਖਾਨ ਦੇ ਮੁਲਾਕਾਤ ਦੇ ਵਿਚਾਲੇ ਸਭ ਕੁਛ ਹੋਇਆ, ਉਸ ਸਭ ਦਾ ਇੰਪੈਕਟ ਹੈ ਇਹ। ਆਰਟੀਕਲ 35A ਨੂੰ ਹਜੇ ਨਹੀਂ ਛੇੜਿਆ ਜਾ ਸਕਦਾ ਅਤੇ ਨਾ ਕੇਂਦਰ ਦੀ ਸਰਕਾਰ ਇਸ ਮਾਮਲੇ ਬਾਰੇ ਕੋਈ ਹਜੇ ਫੈਸਲਾ ਲੈਣ ਦੇ ਰੋਹ ਵਿੱਚ ਹੈ। ਤੁਸੀਂ ਇਸ ਨੂੰ ਇਤਫਾਕ ਰੱਖਦਾ? ਮੈਂ ਬਿਲਕੁਲ ਇਤਫਾਕ ਰੱਖਦਾ ਹਾਂ ਅਤੇ ਮੈਂ ਜਿਹੜੀ ਤੁਸੀਂ ਮੈਨੂੰ ਪਹਿਲਾਂ ਗੱਲ ਕੀਤੀ ਸੀਗੀ ਉਹ 'ਚ ਬੜਾ ਕਲੀਅਰ ਸੀਗਾ ਕਿ ਸਾਡੇ ਹੋਮ ਮਿਨਿਸਟਰ ਜਿਹੜੇ ਨੇ ਅਮਿਤ ਸ਼ਾਹ ਜੀ, ਉਹਨਾਂ ਨੇ ਲੋਕ ਸਭਾ ਦੇ ਵਿੱਚ ਬੜਾ ਕਲੀਅਰਲੀ 35A ਬਾਰੇ ਉਹਨਾਂ ਨੇ ਕਲੀਅਰ ਕਰਤਾ ਸੀਗਾ ਵੀ ਇਹਦੇ ਬਾਰੇ 'ਤੇ ਹੀ ਸੋਚਣ ਜਾ ਰਹੇ ਹਾਂ। ਠੀਕ ਹੈ, ਉਹ ਇੱਕ ਆਪਣੀ ਜਗ੍ਹਾ 'ਤੇ ਹੈ। J&K ਦੇ ਵਿੱਚ ਇਲੈਕਸ਼ਨ ਦੀ ਵੀ ਡਿਮਾਂਡ ਹੋ ਰਹੀ ਹੈ ਔਰ ਬਹੁਤ ਜਲਦੀ ਇਲੈਕਸ਼ਨ ਵੀ ਉੱਥੇ ਹੋਣੀ ਹੈ। ਅਗਰ ਉਹ ਇਲੈਕਸ਼ਨ ਕਰਾਉਣੀ ਹੈ ਤਾਂ ਉੱਥੇ ਮਾਹੌਲ ਨੂੰ ਠੀਕ ਕਰਨ ਵਾਸਤੇ, ਜੇ ਇੱਕ ਨੋਰਮਲ ਸਟੇਟ ਦੇ ਵਿੱਚ ਵੀ ਜਿਹੜੀਆਂ ਹੈਗੀਆਂ ਟਰੁੱਪਸ ਆਉਂਦੇ ਨੇ, CRPF ਲੱਗਦੀ ਹੈ ਜਦੋਂ ਇਲੈਕਸ਼ਨ ਹੁੰਦੀ ਹੈ, ਤਾਂ ਉੱਥੇ ਲੱਗਣੀ ਹੈ ਕਿਉਂਕਿ ਉੱਥੇ ਆਲਰੇਡੀ ਉਹ ਡਿਸਟਰਬ ਸਟੇਟ ਹੈ। ਉਹਦੇ ਨਾਲ ਕੋਈ, ਦੇਖੋ ਇਲੈਕਸ਼ਨ ਤੇ ਅਨਾਊਂਸ ਹੋ ਜਾਣੀਆਂ ਨੇ ਪੁੱਲਰ ਸਾਹਿਬ, ਨਹੀਂ ਬੜੀ ਅਜੀਬ ਜਿਹਾ ਲੱਗਦਾ ਹੈ। ਇਲੈਕਸ਼ਨ ਤੇ ਅਨਾਊਂਸ ਹੋਣੀਆਂ ਨੇ, ਉਹ ਇਲੈਕਸ਼ਨ ਡਿਮਾਂਡ ਕਰਦੇ ਪਏ ਆ। ਇਲੈਕਸ਼ਨ ਉਦੋਂ ਵੀ ਹੋ ਸਕਦੇ ਸੀ ਜਦੋਂ ਬਾਕੀ ਹਿੱਸੇ 'ਚ ਹੋਈਆਂ, ਉਦੋਂ ਕਿਉਂ ਨਹੀਂ ਹੋ ਸਕਦੀਆਂ ਸੀ? ਉਦੋਂ ਹਾਂ, ਕਿਉਂ ਉਦੋਂ ਨਹੀਂ ਹੋ ਸਕਦੀਆਂ ਸੀਗੀਆਂ? ਕਿਉਂਕਿ ਤੁਹਾਡੇ ਅਕੋਰਡਿੰਗ ਤੇ ਇਹ ਨਾ ਕਿ ਸਿਰਫ ਪੰਜ ਇਲੈਕਸ਼ਨ ਹੋ ਸਕਦੇ ਨੇ। ਨਹੀਂ, ਇੱਕ ਮਿੰਟ 1000 ਕੈਂਡੀਡੇਟ ਕੋ ਆਪਕੋ ਕਿੰਨੇ ਲੋਕ ਦੇਣੇ ਪੜੇਗੇ? ਇਹ ਆਊਟ ਕਰ ਸਕਦੇ ਹੋ? ਇਲੈਕਸ਼ਨ ਇਹਦਾ ਨਾ ਕਰੋ ਡਿਬੇਟ। ਮੈਂ ਪਹਿਲਾਂ ਕਿਹਾ ਸੀ ਸੰਜੀਦਾ ਡਿਬੇਟ ਚਾਹੀਦੀ ਹੈ। ਪੁੱਲਰ ਸਾਹਿਬ, ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਵਨ ਨੇਸ਼ਨ ਵਨ ਇਲੈਕਸ਼ਨ ਦਾ ਏਜੰਡਾ ਤੁਸੀਂ ਲੈ ਕੇ ਆਉਂਦੇ, ਇੱਕ ਪਾਸੇ ਕਹਿੰਦੇ ਉੱਥੇ ਹੋ ਨਹੀਂ ਸਕਦੀਆਂ ਸੀ, ਦੂਜੇ ਪਾਸੇ ਤੁਸੀਂ ਕਹਿੰਦੇ ਹੋ, ਇੱਕ ਮਿੰਟ ਸੁਣ ਤਾਂ ਲਓ, ਦੂਜੇ ਪਾਸੇ ਤੁਸੀਂ ਕਹਿੰਦੇ ਜੰਮੂ ਕਸ਼ਮੀਰ, ਕਸ਼ਮੀਰ ਆ ਜਿਹੜਾ ਭਾਰਤ ਦਾ ਨਿਖੜ ਵਾਂਗ ਹੈਗਾ, ਕਿੱਥੇ ਸਟੈਂਡ ਕਰਦੇ ਹੋ ਤੁਸੀਂ? ਇਸ ਤਰ੍ਹਾਂ ਹੈ ਜੀ, ਉਸ ਟਾਈਮ ਇਲੈਕਸ਼ਨ ਇਸ ਕਰਕੇ ਨਹੀਂ ਹੋ ਸਕਦੀ ਸੀਗੀ ਕਿਉਂਕਿ ਸਾਰੇ ਹਿੰਦੁਸਤਾਨ ਇਲੈਕਸ਼ਨ ਹੋ ਰਹੀ ਹੈ, ਸਾਰੀ ਫੋਰਸ ਅਲੱਗ ਅਲੱਗ ਸਟੇਟਾਂ 'ਚ ਲੱਗੀ ਹੋਈ ਸੀਗੀ। ਸ਼੍ਰੀਨਗਰ ਦੇ ਵਿੱਚ ਇਲੈਕਸ਼ਨ ਕਰਾਉਣ ਵਾਸਤੇ ਇੱਕ ਕੈਂਡੀਡੇਟ ਨੂੰ ਘੱਟੋ ਘੱਟ ਜਿਹੜਾ ਹੈਗਾ 50 ਤੋਂ 60 ਲੋਕਾਂ ਦੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਂਦੀ ਹੈ, ਨਾ ਸਿਕਿਉਰਿਟੀ ਲੈਣੇ ਲੋਕ ਫਿਰ, ਠੀਕ ਹੈ, ਔਰ 1000 ਦੇ ਕਰੀਬ ਕੈਂਡੀਡੇਟ ਖੜੇ ਹੁੰਦੇ ਆ, ਕਿੰਨੀ ਸਿਕਿਉਰਿਟੀ ਉੱਥੇ ਪ੍ਰੋਵਾਈਡ ਕੀਤੀ ਜਾਣੀ ਸੀਗੀ, ਤੁਸੀਂ ਇਹ ਦੇਖੋ। ਇਹਦਾ ਮਤਲਬ ਇਹ ਹੋਇਆ ਪੱਲਰ ਸਾਹਿਬ, ਜਦੋਂ ਵੀ ਦੇਸ਼ ਦੇ ਵਿੱਚ ਜਦੋਂ ਵੀ ਮੁਲਕ ਦੇ ਵਿੱਚ ਇਲੈਕਸ਼ਨ ਇਕੱਠੀਆਂ ਕਰਾਉਣ ਦਾ ਏਜੰਡਾ ਆਊਗਾ ਤੇ ਜੰਮੂ ਕਸ਼ਮੀਰ ਦੇ ਵਿੱਚ ਇਕੱਠੀਆਂ ਇਲੈਕਸ਼ਨ ਉਹੀ ਦੇ ਹਾਲਾਤ, ਉਹੀ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਕਿ ਉਹ ਐਸਾ ਨਾ ਹੋਵੇ ਅਗਲੀ ਵਾਰ। ਉਦੋਂ ਇਕੱਠੀਆਂ ਕਰਾਉਣੀਆਂ, ਦੇਖੋ ਤੁਸੀਂ, ਉਹ ਵੀ ਟਾਈਮ ਆਏਗਾ। ਠੀਕ, ਮਤਲਬ ਬੜੀ ਉਹ ਹਸੀ ਕੀ ਬਾਤ ਹੈ, 5 ਇਲੈਕਸ਼ਨ ਹੋ ਰਹੇ ਵਹਾਂ ਪੇ, ਲੇਕਿਨ ਇਹ ਇਲੈਕਸ਼ਨ ਨਹੀਂ ਹੋ ਸਕਤੇ। 5 ਇਲੈਕਸ਼ਨ ਪੇ ਇਤਨੀ ਸਿਕਿਉਰਿਟੀ ਬੜਾ ਰਹੇ ਕਿਉਂਕਿ ਹਮੇਂ ਦਿਖਾਨਾ ਹੈ ਦੇਸ਼ ਕੋ ਹਮਨੇ 5 ਇਲੈਕਸ਼ਨ ਕਰ ਦੀ, ਉਸਸੇ ਮਤਲਬ ਆਪਣੀ ਜੋ ਇਨਵੈਸਟਮੈਂਟ ਕੀ ਬਾਤ ਕਰ ਰਹੇ ਉਸਸੇ ਕਿਆ ਹੋ ਰਹਾ ਹੈ, ਜੋ ਮੇਨ ਰਿਪ੍ਰੈਜੈਂਟੇਸ਼ਨ ਹੈ, ਜੋ ਮਤਲਬ ਅਸੈਂਬਲੀ ਕੀ ਰਿਪ੍ਰੈਜੈਂਟੇਸ਼ਨ ਹੈ, ਉਹ ਤਾਂ ਨਹੀਂ ਹੋ ਰਹੀ। ਲੋਕ ਸਭਾ ਇਲੈਕਸ਼ਨ ਹੋ ਗਏ ਲੇਕਿਨ ਵਹਾਂ ਕੇ ਮਤਲਬ ਜੋ ਸਟੇਟ ਚੁਣਾਵ ਹੈ ਉਹ ਨਹੀਂ ਹੋ ਗਏ। ਇਸਕਾ ਬਿਲਕੁਲ ਮਤਲਬ ਹੈ BJP ਚਾਹਤੀ ਹੈ ਕਿ ਹਮਾਰਾ ਕੰਟਰੋਲ ਰਹੇ ਕਸ਼ਮੀਰ ਪੇ ਔਰ ਹਮ ਆਪਣੇ ਹਿਸਾਬ ਸੇ ਚਲਾਏ ਸੀ ਤਾਂ ਕਿ ਹਮ ਲੋਗੋਂ ਕੋ ਦਬਾਏ। ਔਰ ਇਹ ਬਾਤ ਵੀ ਯਾਦ ਰੱਖੀਏ, ਅਗਰ ਆਪ ਲੋਗੋਂ ਕੋ ਦਬਾਏਂਗੇ, ਇਹ ਦਿਨ ਵੀ ਬਹੁਤ ਦੂਰ ਨਹੀਂ ਹੈ ਜਬ ਹਿੰਦੁਸਤਾਨ ਆਪਣੀ ਪਾਲਸੀਓਂ ਪੇ ਖੁਦ ਪਛਤਾਏਗਾ ਕਿ ਹਮਨੇ। ਉਹ ਵੀ ਦਿਨ ਦੂਰ ਨਹੀਂ ਹੈ ਜਬ ਆਪ ਜੈਸੇ ਵਖਵਾਦੀ ਜੋ ਵੀ ਪਛਤਾਏਂਗੇ, ਮਸਜਿਦੋਂ ਕੇ ਉਹ ਵੀ ਪਛਤਾਏਂਗੇ। ਅਭੀ ਦੇਖੀਏ ਮਸਜਿਦ, ਮੈਂ ਬਤਾ ਰਹਾ ਨਾ, ਜੋ ਵਖਵਾਦੀ ਬਣੇ ਹੋਏ ਹਨ ਉਹ ਵੀ ਪਛਤਾਏਂਗੇ ਜਬ ਉਨਕੋ ਮਸਜਿਦੋਂ ਪੇ ਬਿਲਕੁਲ ਕੰਟਰੋਲ ਕੀਆ ਜਾ ਰਹਾ ਹੈ। SSP ਮੰਗ ਰਹਾ ਹੈ ਕਿ ਮਸਜਿਦੋਂ ਮੇਂ ਕਿਆ ਹੋਗਾ, ਹਮਾਰੇ ਹਿਸਾਬ ਸੇ ਮੰਗਾ ਜਾਏ, ਯਹਾਂ ਪੇ ਦੇਖੇ ਕਿਆ ਹੋ ਰਹਾ ਹੈ, ਕਿਉਂ ਨਾ ਮੰਗਾ ਜਾਏ, ਉਸਕਾ ਕਾਰਨ ਦੇ ਦੋ, ਇੱਕ ਵਜ੍ਹਾ ਦੇ ਦੋ, ਇਹ ਬਿਲਕੁਲ ਇਹ ਰਿਲੀਜੀਅਸ ਸਪੋਰਟ ਹੈ, ਯਹਾਂ ਪੇ ਪ੍ਰੇਅਰਸ ਕੀ ਜਾਤੀ ਹੈ, ਯਹਾਂ ਪੇ ਕੋਈ ਸਿਆਸਤ, ਯਹਾਂ ਪੇ ਹੋਰ ਬਹੁਤ ਕੁਝ ਵੀ ਹੋਤਾ ਹੈ। ਇੱਕ ਮਿੰਟ ਫਹੀਮ, ਆਈ ਜਸਟ ਐਡ ਵਨ ਪੁਆਇੰਟ ਕਿ ਅਮਰਨਾਥ ਯਾਤਰਾ ਹੈਜ਼ ਅਬਜ਼ਰਵਡ ਬਹੁਤ ਜ਼ਿਆਦਾ ਸਿਕਿਉਰਿਟੀ ਫੋਰਸਿਸ, 32,000 to 40,000 ਸਿਕਿਉਰਿਟੀ CAPS ਜਿਹੜੇ ਨੇ ਉਹ ਸਿਰਫ ਅਮਰਨਾਥ ਯਾਤਰਾ ਦੇ ਜਿਹੜੇ ਪਿਲਗ੍ਰਮ ਜਾਂਦੇ ਨੇ ਆਉਂਦੇ ਨੇ, ਔਰ ਨੌਰਥ ਕਸ਼ਮੀਰ ਵਿੱਚ ਸਿਕਿਉਰਿਟੀ ਸਿਚੁਏਸ਼ਨ ਇਸ ਲਈ ਡਿਪਲੀਟਿਡ ਹੈ। ਸੋ ਆਈ ਥਿੰਕ ਟੂ ਰਿਲੇਟਡ ਡਾਇਰੈਕਟਲੀ ਟੂ 35A ਮੇ ਨੋਟ ਬੀ ਅ ਵੈਰੀ ਕਰੈਕਟ ਵੇ ਔਰ ਦ logical way of seeing it, I think there is something much beyond 35. BJP is spreading terrorism in Kashmir. ye to bilkul kal rahe hain, wo terrorism create kar rahe hain, terrorism ko khatam kar rahe hain, wo create kar rahe hain, hum log terrorism ko khatam karke hi dam lenge, aap thoda clear kar dein, apan na chaliye, main pehle bhi tanu kiya, BJP terrorism nahi kar rahi, wo create kar rahe hain, bahut sanjeeda issue hai, to hai hum to khatam karne ja rahe hain, bahut sanjeeda issue hai, aap sanjeeda karne ke 47 utha ke khatam karenge, bilkul wo create kar rahe hain, khatam karke dam lenge, break ko fir wapas aa rahe hain, hum log bilkul dam ke lenge, khatam karenge, modi shah kede vision ਨਾਲ ਦੇਖ ਰਹੇ ਹੈਗੇ ਇਹ ਸਵਾਲ ਬੜਾ ਮਹੱਤਵਪੂਰਨ ਹੈਗਾ। ਬ੍ਰੇਕ ਤੋਂ ਵਾਪਸ ਆ ਕੇ ਮਿਸਟਰ ਗੋਦਾਰਾ ਨੂੰ ਪੁੱਛੂਗਾ।
ਕੋਈ ਸਵਾਲ ਇੱਕ ਪੁੱਛ ਰਿਹਾ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਸਵਾਲ ਇਹ ਪੁੱਛ ਰਹੇ ਹਾਂ ਆਰਟੀਕਲ 35 ਏ ਤੇ ਪਏ ਪੁਆੜੇ 'ਚ ਪਰਦੇ ਪਿੱਛੇ ਕਿਹੜੀ ਸਿਆਸੀ ਸਕ੍ਰਿਪਟ ਹੈ ਇਸੇ ਸਵਾਲ 'ਤੇ ਅਸੀਂ ਬਹਿਸ ਕਰ ਰਹੇ ਹਾਂ ਪਹਿਲਾਂ ਸਾਡਾ ਮੌਜੂਦ ਹੈਗਾ ਗੁਰਦਾਰਾ ਸਾਹਿਬ ਸਵਾਲ ਇਹ ਹੈਗਾ ਕਿ ਮੋਦੀ ਅਤੇ ਅਮਿਤ ਸ਼ਾਹ ਇਹਨਾਂ ਦਾ ਕਿਹੜਾ ਵਿਜ਼ਨ ਹੈਗਾ ਕਸ਼ਮੀਰ ਪ੍ਰਤੀ ਇੱਕ ਵਿਜ਼ਨ ਹੈ ਜਿਹੜਾ ਉਹ ਵਿਕਾਸ ਦਾ ਦਿੱਤਾ ਗਿਆ ਕਿ ਵਿਕਾਸ ਦੀ ਰਫ਼ਤਾਰ ਵਧਾਉਣੀ ਹੈ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਇੱਕ ਹੋਰ ਸਵਾਲ ਹੈਗਾ ਜਿਹੜਾ ਵਿਕਰਮਜੀਤ ਹਰੀ ਵਾਰ ਵਾਰ ਕਹਿ ਰਹੇ ਆ ਕਿ ਸਾਨੂੰ ਆਰਟੀਕਲ 35 ਦੇ ਪਿੱਛੇ ਦੇਖਣਾ ਚਾਹੀਦਾ ਉਸ ਪਿੱਛੇ ਅਸਲ 'ਚ ਕਿਹੜੀ ਪੋਲੀਟਿਕਸ ਖੇਡੀ ਜਾ ਰਹੀ ਹੈ ਪਿੱਛੇ ਸਿਰਫ ਆਰਟੀਕਲ 35A ਦੇ ਪਿੱਛੇ ਪੋਲੀਟਿਕਸ ਕੀ ਹੈ ਉਹਦੇ ਤੋਂ ਅੱਗੇ ਵੀ ਜਾ ਕੇ ਵੇਖਣਾ ਪਏਗਾ ਕਿ ਜੰਮੂ ਕਸ਼ਮੀਰ ਦਾ ਭਾਰਤ ਦੇ ਨਾਲ ਕਿਸ ਤਰ੍ਹਾਂ ਆਇਆ ਕਿਸ ਤਰ੍ਹਾਂ ਗੱਲ ਹੋਈ ਉਹਦੇ ਕੀ ਪ੍ਰੋਵੀਜ਼ਨ ਸੀਗੇ ਕਿਹੜੀ ਟ੍ਰੀਟੀ ਸੀਗੀਆਂ ਜਿਨ੍ਹਾਂ ਦੇ ਤਹਿਤ ਆਇਆ ਕਿਵੇਂ 370 ਬਣੀ ਅਤੇ ਕਿਵੇਂ 35A ਆਇਆ ਉਹ ਵੀ ਸਾਨੂੰ ਵੇਖਣ ਦੀ ਲੋੜ ਹੈ ਠੀਕ ਹੈ ਅਚਾਨਕ ਇਹ ਨਹੀਂ ਹੋ ਸਕਦਾ ਕਿ ਅਸੀਂ ਸਾਰਾ ਕੁਝ ਭੁੱਲ ਕੇ ਕਹੀ ਅੱਜ ਨਵੀਂ ਸਲੇਟ 'ਤੇ ਆਪਾਂ ਲਿਖਣਾ ਸ਼ੁਰੂ ਕਰਾਂਗੇ ਇਹ ਬਹੁਤ ਬਹੁਤ ਕਿਸੇ ਵੀ ਤੁਹਾਡੇ ਸਮਾਜ ਦੇ ਕਿਸੇ ਨਾਲ ਅਨਿਆਏ ਦੇ ਬਰਾਬਰ ਗੱਲ ਹੈ ਜੇ ਅਸੀਂ ਇਸ ਤਰ੍ਹਾਂ ਗੱਲ ਕਰਾਂਗੇ ਦੂਜੀ ਗੱਲ ਅਸੀਂ ਜਦੋਂ ਗੱਲ ਕਰਦੇ ਹਾਂ ਇਲੈਕਸ਼ਨ ਦੀ ਗੱਲ ਕਰੀਏ ਵਿਕਰਮ ਜੀ ਨੇ ਠੀਕ ਕਿਹਾ ਕਿ BJP ਵੀ ਕਲੀਅਰ ਨਹੀਂ ਕਰ ਰਹੀ ਹੈ ਅਸਲ 'ਚ ਜੇ ਸੱਤਾ ਦੇ ਵਿੱਚ ਬੈਠੇ ਲੋਕ ਜਿਹੜੇ ਵਿਕਰਮ ਜੀ ਗੱਲ ਕਹਿ ਰਹੇ ਨੇ ਸਪੋਜ਼ ਇਹਦਾ 5% ਹਿੱਸਾ ਵੀ ਕਹਿ ਦੇਣ ਕਿ ਇਹ ਤਾਂ ਜੀ ਬਾਕੀ ਹਾਲਾਤਾਂ ਕਰਕੇ ਨੇ ਤਾਂ ਸ਼ਾਇਦ ਇਹ ਪੈਨਿਕ ਨਾ ਕ੍ਰੀਏਟ ਹੋਏਗਾ ਕਿਉਂ ਨਹੀਂ ਕਹਿ ਰਹੇ ਕਿਉਂ ਨਹੀਂ ਕਹਿ ਰਹੇ ਇਹੀ ਉਹਨਾਂ ਦੀ ਪੋਲੀਟਿਕਸ ਹੈ ਤੁਸੀਂ ਵੇਖੋ ਪੁਲਵਾਮਾ ਹੋਇਆ ਪੁਲਵਾਮਾ ਤੋਂ ਬਾਅਦ ਅੱਜ ਇਹ ਦੇਸ਼ ਸਾਡਾ ਸਾਕਸ਼ੀ ਰਿਹਾ ਹੈ ਕਿਤੇ ਰੇਲ ਹਾਦਸਾ ਹੋ ਗਿਆ ਅਤੇ ਰੇਲ ਮੰਤਰੀ ਨੇ ਅਸਤੀਫਾ ਦੇ ਤਾ ਇਹ ਗੱਲਾਂ ਹੁੰਦੀਆਂ ਰਹੀਆਂ ਇੱਥੇ ਪੁਲਵਾਮਾ ਹੋਇਆ ਇੰਨੇ ਸਾਡੇ ਸੈਨਿਕ ਮਾਰੇ ਗਏ ਅਸਤੀਫਾ ਤਾਂ ਛੱਡੋ ਕਿਤੇ ਕਿਸੇ ਨੇ ਗੱਲ ਨਹੀਂ ਕੀਤੀ ਇਸ ਤਰ੍ਹਾਂ ਦੀ ਜਿਹੜੀ ਪੋਲੀਟਿਕਸ ਤੁਸੀਂ ਕ੍ਰੀਏਟ ਕਰਨੀ ਹੋਵੇ ਕਿਉਂਕਿ ਉਹਦੇ ਸਾਹਮਣੇ ਤੁਸੀਂ ਅਚਾਨਕ ਇੱਕ ਵੱਡੀ ਗੱਲ ਕਰਦੇ ਹੋ ਕਿਉਂ ਅਸੀਂ ਕਹੋ ਅਸੀਂ ਦੇਖੋ ਕਿੰਨੇ ਬਹਾਦੁਰ ਹੈਗੇ ਹਾਂ ਉਸ ਤਰ੍ਹਾਂ ਦੀ ਪੋਲੀਟਿਕਸ ਕਰਨ ਵਾਸਤੇ ਪੂਰੇ ਦੇਸ਼ ਦੇ ਵਿੱਚ ਇੱਕ ਨੈਰੇਟਿਵ ਦੇਣ ਵਾਸਤੇ ਮੈਂ ਤੁਹਾਨੂੰ ਪੰਜਾਬ ਦਾ ਦੱਸਿਆ ਬਾਰ ਬਾਰ ਇਸ ਨੈਰੇਟਿਵ ਤੁਸੀਂ ਹਿੰਦੂ ਮੁਸਲਮਾਨ ਦੀ ਗੱਲ ਕਰ ਰਹੇ ਹੋ ਹਿੰਦੂ ਮੁਸਲਮਾਨ ਕਸ਼ਮੀਰ ਨੂੰ ਭਾਰਤ ਤੋਂ ਅੱਡ ਦਿਖਾ ਕੇ ਕਿ ਭਾਰਤ ਦੀ ਸਭ ਤੋਂ ਸਾਰੀ ਸਮੱਸਿਆ ਬੇਰੋਜ਼ਗਾਰੀ ਕਿਸਾਨੀ ਦੀ ਪ੍ਰੋਬਲਮ ਜਿੰਨੀਆਂ ਪ੍ਰੋਬਲਮ ਨੇ ਉਹਦੀ ਵਜ੍ਹਾ ਕਸ਼ਮੀਰ ਹੋ ਗਈ ਯਾਨੀ ਇਸ ਤਰ੍ਹਾਂ ਪੇਸ਼ ਦਿਖਾਇਆ ਜਾ ਰਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੀ ਕਸ਼ਮੀਰ ਹੈ ਇਸ ਕਰਕੇ ਮੈਂ ਤੁਹਾਨੂੰ ਇਹ BJP ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਕਰਕੇ ਟੈਰਰਿਜ਼ਮ ਹੈਗਾ ਟੈਰਰਿਜ਼ਮ ਨਾਲ ਅਸੀਂ ਲੜ ਰਹੇ ਹਾਂ ਇਸ ਕਰਕੇ ਰੋਜ਼ਗਾਰ ਨੂੰ ਭੁੱਲ ਜਾਓ ਇਸ ਕਰਕੇ ਕਿਸਾਨ ਭੁੱਲ ਜਾਣ ਆਪਦਾ ਦਰਦ ਮਜ਼ਦੂਰ ਭੁੱਲ ਜਾਣ ਇਹ ਜਿਹੜੀ ਪੋਲੀਟਿਕਸ ਹੈ ਉਹਦੇ ਕਰਕੇ ਹੀ ਹੋ ਰਿਹਾ ਕਿ ਉੱਥੇ ਪੰਚਾਇਤਾਂ ਦੀ ਗੱਲ ਕਰਤੀ ਭੁੱਲਰ ਸਾਹਿਬ ਹੁਣ ਬ੍ਰੇਕ 'ਚ ਕਹਿ ਰਹੇ ਸੀ ਕਿ ਉੱਥੇ ਤਾਂ ਰਾਈਟ ਹੀ ਹੈ ਨਹੀਂ ਪੰਚਾਇਤਾਂ ਨੂੰ ਪਰ ਸਾਡੇ ਅਮਿਤ ਸ਼ਾਹ ਕਹਿੰਦੇ ਨੇ ਕਿ ਅਸੀਂ ਪੰਚਾਇਤਾਂ ਨੂੰ ਅਧਿਕਾਰ ਦੇ ਰਹੇ ਹਾਂ ਪਰ ਜਿਹੜੀ ਅਸੈਂਬਲੀ ਹੈ ਜੰਮੂ ਕਸ਼ਮੀਰ ਦੇ ਲੋਕਾਂ ਦਾ ਲਗਾਤਾਰ ਇਹ ਦਰਦ ਰਿਹਾ ਕਿ ਪੂਰਾ ਦੇਸ਼ ਜਿਹੜਾ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ ਜਿਹਨੂੰ ਸੰਵਿਧਾਨ ਨੂੰ ਤੋੜਨ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਲਗਾਤਾਰ ਕਰਦੀ ਹੈ ਉਹ ਸੰਵਿਧਾਨ ਦੇ ਤਹਿਤ ਸਾਨੂੰ ਆਪਦੀ ਅਸੈਂਬਲੀ ਚੋਣ ਦਾ ਹੱਕ ਜੇ ਹੈਗਾ ਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਹੈਗਾ ਤੁਸੀਂ ਬਾਰ ਬਾਰ ਉੱਥੇ ਚੋਣ ਨਹੀਂ ਕਰਾਉਂਦੇ ਇਹ ਕੋਈ BJP ਇਕੱਲੇ ਦਾ ਨਹੀਂ ਕਾਂਗਰਸ ਦੇ ਟਾਈਮ 'ਚ ਵੀ ਲਗਾਤਾਰ ਹੋਇਆ ਹੁਣ ਵੀ BJP ਨਹੀਂ ਕਰ ਰਹੀ ਹੁਣ ਭੁੱਲਰ ਸਾਹਿਬ ਨੇ ਕਿਹਾ ਕਿ ਜੀ ਇੱਥੇ ਸਿਕਿਉਰਿਟੀ ਜ਼ਿਆਦਾ ਚਾਹੀਦੀ ਸੀ ਕਿਵੇਂ ਹੁੰਦਾ ਵੀ ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਹੋ ਗਏ ਅਮਰਨਾਥ ਯਾਤਰਾ ਸ਼ੁਰੂ ਹੋਣੀ ਸੀ ਇਸ ਦੌਰਾਨ ਕਿਉਂ ਨਹੀਂ ਕਰਵਾ ਲਏ ਤੁਸੀਂ ਆਖਿਰ ਕੀ ਚੀਜ਼ ਹੈ ਜਿਹੜੀ ਉੱਥੇ ਲੋਕਾਂ ਨੂੰ ਸੰਦੇਸ਼ ਦੇ ਰਹੇ ਹੋ ਕਿ ਅਸੀਂ ਤੁਹਾਡੇ ਅਧਿਕਾਰ ਤੁਹਾਨੂੰ ਦੇਣ ਵਾਸਤੇ ਜਿਹੜਾ ਇਲੈਕਸ਼ਨ ਦਾ ਅਧਿਕਾਰ ਹੈ ਤੁਹਾਡੇ ਆਪਦੇ ਪ੍ਰਤੀਨਿਧੀ ਚੁਣੋ ਆਪਦੀ ਸਰਕਾਰ ਚੁਣੋ ਇਹ ਤੁਹਾਨੂੰ ਅਧਿਕਾਰ ਦੇ ਰਹੇ ਹਾਂ ਇਹ ਮੈਸੇਜਿੰਗ ਕਿੱਥੇ ਹੈ ਉਹ ਮੈਸੇਜਿੰਗ ਮਿਸਿੰਗ ਕਿਉਂ ਹੈ ਸਿਰਫ ਇਸ ਕਰਕੇ ਦੇਸ਼ ਨਹੀਂ ਚੱਲ ਸਕਦਾ ਕਿ ਹਾਈ ਟੈਰਰਿਜ਼ਮ ਹਾਈ ਟੈਰਰਿਜ਼ਮ ਹਾਈ ਟੈਰਰਿਜ਼ਮ ਤੁਸੀਂ ਵੇਖੋ ਕਿ ਕਿੰਨੇ ਸਰਕਾਰਾਂ ਕਹਿੰਦੀਆਂ ਨੇ ਵਿਕਰਮ ਜੀ ਜ਼ਿਆਦਾ ਬਿਹਤਰ ਦੱਸਣਗੇ ਬਾਰ ਬਾਰ ਬਿਆਨ ਆਉਂਦੇ ਨੇ ਕਿ ਹੁਣ ਤੱਕ ਕਿੰਨੇ 200 ਟੈਰਰਿਸਟ ਨੇ ਉੱਥੇ ਜੀ 250 ਟੈਰਰਿਸਟ ਨੇ 100 ਟੈਰਰਿਸਟ ਨੇ ਇੱਕ ਪਾਸੇ ਤੁਸੀਂ ਇਹ ਕਹਿੰਦੇ ਹੋ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਟੈਰਰਿਸਟ ਹੀ ਟੈਰਰਿਸਟ ਅਸੀਂ ਤਾਂ ਬਸ ਇੱਕੋ ਹੀ ਏਜੰਡਾ ਹੈਗਾ ਇਸ ਜਿਹੜਾ ਖੇਡ ਹੈ ਭਾਰਤੀ ਜਨਤਾ ਪਾਰਟੀ ਕਸ਼ਮੀਰ ਨੂੰ ਮੁੱਦਾ ਬਣਾ ਕੇ ਪੂਰੇ ਦੇਸ਼ ਦੇ ਜਿਹੜੀ ਚੇਤਨਾ ਹੈ ਉਹਦੇ ਉੱਤੇ ਇੱਕ ਤਰ੍ਹਾਂ ਦਾ ਆਵਰਣ ਬਣਾ ਦੇਣਾ ਚਾਹੁੰਦੀ ਹੈ ਕਿ ਜਿਹੜੇ ਸਮਾਜ ਦੇ ਅਸਲੀ ਮੁੱਦੇ ਨੇ ਉਹਨਾਂ ਤੋਂ ਧਿਆਨ ਭਟਕ ਗਿਆ ਅਸਲੀ ਮੁੱਦਾ ਹੈ ਬਹੁਤ ਅਹਿਮ ਇਸ਼ੂ ਹੈ ਅਸਲੀ ਮੁੱਦਾ ਹੈ ਸਮਾਜ ਦੇ ਜਿਹੜੇ ਰੋਜ਼ਮਰਰਾ ਦੀ ਜ਼ਿੰਦਗੀ ਦੇ ਇਸ਼ੂ ਨੇ ਚਾਹੇ ਬੇਰੋਜ਼ਗਾਰੀ ਦਾ ਹੋਵੇ ਮਜ਼ਦੂਰ ਦਾ ਹੋਵੇ ਕਿਸਾਨ ਦਾ ਹੋਵੇ ਮਹਿਲਾ ਦਾ ਹੋਵੇ ਦਲਿਤ ਦਾ ਹੋਵੇ ਉਹਨਾਂ ਦੀ ਗੱਲ ਵੀ ਹੋਵੇ ਤੇ ਨਾਲ ਨਾਲ ਪੂਰੇ ਦੇਸ਼ ਦੇ ਵਿੱਚ ਲਾਅ ਐਂਡ ਆਰਡਰ ਲੋਕਾਂ ਦਾ ਵਿਕਾਸ ਲੋਕਾਂ ਦੀ ਸੁਰੱਖਿਆ ਉਹ ਚਾਹੇ ਨਾਰਥ ਈਸਟ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਕਸ਼ਮੀਰ ਹੋਵੇ ਚਾਹੇ ਤਮਿਲਨਾਡੂ ਹੋਵੇ ਚਾਹੇ ਮਹਾਰਾਸ਼ਟਰ ਹੋਵੇ ਸਾਰਿਆਂ ਦੀ ਗੱਲ ਕਰਨੀ ਪਏਗੀ ਜੇ ਤੁਸੀਂ ਉਹਨਾਂ ਨੂੰ ਵਿਸ਼ਵਾਸ ਦਿਲਾ ਸਕਦੇ ਹੋ ਇਹ ਦੇਸ਼ ਜੇ ਉਹਨਾਂ ਨੂੰ ਵਿਸ਼ਵਾਸ ਦਿਲਾਏਗਾ ਦੇਸ਼ ਦਾ ਮਤਲਬ ਜਦੋਂ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਵਿਸ਼ਵਾਸ ਦਿਲਾਏਗੀ ਕਿ ਤੁਹਾਡੇ ਆਕਾਂਕਸ਼ਾਵਾਂ ਨੂੰ ਤੁਹਾਡੇ ਸੁਪਨਿਆਂ ਨੂੰ ਤੁਹਾਡੀ ਗੱਲ ਦੀ ਅਸੀਂ ਇੱਜ਼ਤ ਕਰਦੇ ਹਾਂ ਇਹੀ ਗੱਲ ਕਦੇ ਅਟਲ ਬਿਹਾਰੀ ਵਾਜਪੇਈ ਨੇ ਕਹੀ ਸੀ ਜੇ ਭਾਰਤੀ ਜਨਤਾ ਪਾਰਟੀ ਮੋਦੀ ਤੇ ਅਮਿਤ ਸ਼ਾਹ ਭੁੱਲ ਨਹੀਂ ਗਏ ਹੁਣ ਅਟਲ ਬਿਹਾਰੀ ਵਾਜਪੇਈ ਨੂੰ ਤੇ ਉਹਨਾਂ ਨੇ ਕਿਹਾ ਸੀ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਮਾਨਵਤਾ ਦੇ ਦਾਇਰੇ ਵਿੱਚ ਆ ਕੇ ਤੁਸੀਂ ਤੁਹਾਨੂੰ ਸਰਕਾਰ ਨੂੰ ਇਹ ਸੰਦੇਸ਼ ਤਾਂ ਦੇਣਾ ਹੀ ਪਏਗਾ ਅਸੀਂ ਭੁੱਲਰ ਸਾਹਿਬ ਜਿਹੜਾ ਹੁਣ ਬੋਲ ਰਹੇ ਸੀ ਅਸੀਂ ਆਹ ਕਰ ਦਿਆਂਗੇ ਅਸੀਂ ਆਹ ਕਰ ਦਿਆਂਗੇ ਇਹ ਜਿਹੜਾ ਮੁਹਾਵਰਾ ਹੈ ਮੈਨੂੰ ਲੱਗਦਾ ਇਹ ਉੱਥੇ ਟੈਰਰਿਜ਼ਮ ਪੈਦਾ ਕਰਦਾ ਪੂਰੇ ਦੇਸ਼ ਦੇ ਵਿੱਚ ਅਸੁਰੱਖਿਆ ਪੈਦਾ ਕਰਦਾ ਪੂਰੇ ਦੇਸ਼ ਦਾ ਮਾਹੌਲ ਵਿਗਾੜਦਾ ਇਸ ਕਰਕੇ ਰਾਸ਼ਟਰ ਦੇ ਦਰੋਹ ਰਾਸ਼ਟਰ
वो अत्तवाद है जिहड़ा उसनू कौन खत्म करेगा। सवाल यह है तुसी असली मुद्दों तो भज्जना चाहते हो, इसलिए तुसी टैररिज्म का मुद्दा अगे रखते हो। ठीक है, टैररिज्म के खिलाफ लड़ना चाहिए है, टैररिज्म के खिलाफ सारे लड़ना पेगा, सारे इकट्ठे होना पेगा, पर पुलर साहब सारा कुछ टैररिज्म तो नहीं है इस देश के जी जनता वास्ती हैगी उन्होंने असली मुद्दे तुसी गल क्यों नहीं करते। मैं लगता है कि जहाँ गौरव साहब जिहड़े ने ये बाकी जो सिस्टम चल रहा है अवेयर ही नहीं है, सिर्फ उस टैररिज्म के उत्ते अटके हुए हैं। इन्हें सुई सिर्फ श्रीनगर के उत्ते अटकी हुई है, उस तो बाहर निकली हुई नहीं। हिंदुस्तान ਦੇ ਵਿੱਚ ਬਹੁਤ ਸਾਰਾ ਕੁਝ ਚੱਲ ਰਿਹਾ ਹੈ, ਬੜੀਆਂ ਤਰੱਕੀ ਦੀਆਂ ਚੀਜ਼ਾਂ ਚੱਲ ਰਹੀਆਂ ਨੇ। ਤੁਹਾਡੀ ਸੂਈ ਵੀ ਉੱਥੇ ਅਟਕੀ ਹੋਈ ਹੈ ਚੋਣਾਂ ਤੋਂ ਪਹਿਲਾਂ। ਬਿਲਕੁਲ ਨਹੀਂ, ਬਿਲਕੁਲ ਨਹੀਂ, ਉਹ ਇੱਕ ਸਾਡਾ ਪਾਰਟ ਹੈ। ਅਸੀਂ ਕਸ਼ਮੀਰ ਦੀ ਗੱਲ ਕਰਦੇ ਹਾਂ ਕਿਉਂਕਿ ਉਹ ਸਾਡਾ ਇੱਕ ਪਾਰਟ ਹੈ ਔਰ ਅਸੀਂ ਉੱਥੇ ਕਰ ਰਹੇ ਹਾਂ ਕੰਮ, ਲੇਕਿਨ ਉਹਦੇ ਨਾਲ ਸਰਕਾਰ ਬਾਕੀ ਕੰਮ ਵੀ ਕਰ ਰਹੀ ਹੈ। ਲੇਕਿਨ ਰੌਲਾ ਕੋ ਪੈ ਰਿਹਾ ਹੈ, ਰੌਲਾ ਕੋ ਪੈ ਰਿਹਾ ਇਹਨਾਂ, ਰੌਲਾ ਤੇ ਲੋਕਾਂ ਨੇ ਪਾਉਣਾ ਹੀ ਹੈ। ਕਿਸੇ ਦਾ ਰੌਲਾ ਪੈ ਰਿਹਾ ਦੱਸੋ ਤੁਸੀਂ? ਹਾਂ, ਰੌਲਾ ਪੈ ਰਿਹਾ ਕਸ਼ਮੀਰ ਦੇ ਵਿੱਚ, ਜਿਹੜਾ ਡਰ ਲੱਗਦਾ ਪਿਆ ਸਾਨੂੰ ਖੌਫ ਹੈ। ਮੈਂ ਗੱਲ ਸੁਣੋ ਤੁਸੀਂ ਇੱਕ ਮਿੰਟ ਜੀ, ਇਹ ਉਹ ਕਸ਼ਮੀਰੀ ਰੌਲਾ ਪਾ ਰਹੇ ਨੇ, ਮੇਰੇ ਨਾਲ ਵੀ ਬੈਠੇ ਨੇ, ਜਿਨ੍ਹਾਂ ਨੂੰ ਉੱਥੋਂ ਆ ਕੇ ਇੱਥੇ ਐਡਮਿਸ਼ਨਾਂ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਇੱਥੋਂ ਆ ਕੇ ਸਕਾਲਰਸ਼ਿਪ ਦਿੱਤੀਆਂ ਗਈਆਂ, ਇੱਥੇ ਨੌਕਰੀਆਂ ਦਿੱਤੀਆਂ ਜਾ ਰਹੀਆਂ। ਇੱਕ ਮਿੰਟ, ਆਪ ਛੋੜ ਦਿਓ ਇਸ ਬਾਤ ਕੋ, ਜੋ ਸਕਾਲਰਸ਼ਿਪ ਆਪ ਲੈ ਰਹੇ ਹੋ ਸਭ ਕੋ ਪਤਾ ਹੈ ਜੰਗ ਚਾਹੀਦਾ ਹੈ। ਪੁਲਿਸ ਸਾਹਿਬ ਟੈਕਸ ਦੇ ਰਹੇ, ਉਸੇ ਵਿੱਚ ਆ ਪੁਲਿਸ ਸਾਹਿਬ ਇਹਨਾਂ ਨੂੰ ਖਰਾ ਦਿੱਤੀ ਜਾ ਰਹੀ ਹੈ, ਖਰਾ ਨਹੀਂ ਦਿੱਤੀ ਜਾ ਰਹੀ, ਲੇਕਿਨ ਉਹ ਸਪੋਰਟ ਕੀਤਾ ਜਾ ਰਿਹਾ, ਲੇਕਿਨ ਉਹ ਸਪੋਰਟ ਦਾ ਨਜਾਇਜ਼ ਫਾਇਦਾ ਚੱਕ ਰਿਹਾ। ਸਪੋਰਟ ਕੋਈ ਨਹੀਂ, ਹਮ ਫਿਰ ਯਹਾਂ ਨਹੀਂ ਹੈ, ਇਹ ਕਲੀਅਰ ਕਰ ਰਹੇ ਕਿ ਹਮ ਕਹੀਂ ਔਰ ਸੇ ਆ ਰਹੇ ਔਰ ਹਮ ਇਹ ਜਦੋਂ ਇਹ ਗੱਲ ਕਹਿੰਦੇ ਆ ਵੀ ਆਰਟੀਕਲ 35 ਏ ਦੇ ਅੰਡਰ ਜੀ ਉੱਥੇ ਵੀ ਕੋਈ ਜਾ ਕੇ ਨੌਕਰੀ ਨਹੀਂ ਕਰ ਸਕਦਾ, ਉਹ ਜਾ ਕੇ ਜ਼ਮੀਨ ਜਾਇਦਾਦ ਨਹੀਂ ਦੇ ਸਕਦਾ, ਫਿਰ ਇਹ ਵੀ ਇੱਥੇ ਆ ਕੇ ਨੌਕਰੀਆਂ ਲੈ ਰਹੇ ਹੈ, ਇੱਥੇ ਆ ਕੇ ਜ਼ਮੀਨਾਂ ਲੈ ਰਹੇ ਹੈ, ਇੱਥੇ ਆ ਕੇ ਕੰਮ ਵੀ ਕਰ ਰਹੇ ਹੈ, ਪੜ੍ਹਾਈਆਂ ਵੀ ਕਰ ਰਹੇ ਹੈ। ਪੁਲਿਸ ਸਾਹਿਬ ਇੱਕ ਕਲੀਅਰ ਕਰ ਦਿਓ, ਆਰਟੀਕਲ 35 ਏ ਤੇ ਤੁਸੀਂ ਇਸ ਨੂੰ ਜੋ ਇਹ ਖਲਸ਼ਾ ਚਾਇਆ ਜਾ ਰਿਹਾ ਕਿ ਤੁਸੀਂ ਇਸ ਨੂੰ ਹੁਣ ਰਿਮੂਵ ਕਰਨਾ, ਛੇੜਛਾੜ ਕਰਨੀ ਹੈ, ਜੋ ਵੀ ਕਰਨਾ ਗੱਲ, ਇੱਕ ਮਿੰਟ ਸੁਣ ਤਾ ਲਓ, ਪੁਲਿਸ ਸਾਹਿਬ ਸੁਣ ਤਾ ਲਓ ਨਾ, ਤੁਸੀਂ ਇੱਕ ਗੱਲ ਦੇਸ਼ ਨੂੰ ਕਲੀਅਰ ਕਰ ਦਿਓ ਨਾ, ਅਸੀਂ ਆਰਟੀਕਲ 35 ਏ ਤੇ ਕੀ ਸਟੈਂਡ ਹੈ ਸਾਡਾ ਤੇ ਕਦੋਂ ਅਸੀਂ ਸਟੈਂਡ ਉਹ ਪੂਰਾ ਕਰਨਾ। ਸਟੈਂਡ ਤੁਸੀਂ ਵਾਰ ਵਾਰ ਕਲੀਅਰ ਕਰ ਚੁੱਕੇ, ਪੂਰਾ ਕਦੋਂ ਕਰਨਾ ਇਹ ਦੱਸ ਦਿਓ ਨਾ ਫਿਰ। ਬੜਾ ਅਸੀਂ ਲੋਕਾਂ ਕੋਲ ਸਟੈਂਡ ਹੀ ਆਪਣਾ ਕਲੀਅਰ ਕਰਤਾ ਕਿ 35 ਏ ਅਸੀਂ ਰਿਮੂਵ ਕਰਾਂਗੇ। ਕਦੋਂ? ਠੀਕ ਹੈ, ਮੌਕਾ ਹੁਣ ਤਾਂ ਕਰ ਦਾਂਗੇ, ਰਾਜ ਸਭਾ ਦੇ ਸਾਡੇ ਬੰਦੇ ਪੂਰੇ ਹੋਣ ਦਿਓ, ਸੀ ਦੇਖੋ ਤੁਸੀਂ ਹੋਰੇਗਾ। ਇੱਕ ਮਿੰਟ, ਮੈਨੂੰ ਗੱਲ ਪੂਰੀ ਕਰਨ ਦਿਓ ਹੁਣ ਤੁਸੀਂ ਯਾਰ। ਆਰਟੀਕਲ 35 ਏ ਦਾ ਜਿਹੜਾ ਬਾਰ ਬਾਰ ਕਹਿੰਦੇ ਸੀ ਉੱਥੇ ਜੀ, ਜਿਸ ਤਰ੍ਹਾਂ ਗੁਰਦਾਰ ਸਾਹਿਬ ਨੇ ਕਿਹਾ ਸੀ ਕਿ ਨਹੀਂ ਜੀ ਉੱਥੇ ਇੱਕ ਸੈਪਰੇਟ ਸਪੈਸ਼ਲ ਦਿੱਤਾ ਗਿਆ ਸੀ, ਮੈਂ ਉਹਨੂੰ ਦੱਸ ਦੇਣਾ ਚਾਹੁੰਦਾ ਸੀ, ਅਸਥਾਈ ਤੌਰ ਤੇ ਦਿੱਤਾ ਗਿਆ ਸੀ, ਟੈਂਪਰੇਰੀ ਨਹੀਂ, ਟੈਂਪਰੇਰੀ ਪਰਮਾਨੈਂਟ ਨਹੀਂ। ਠੀਕ ਹੈ ਪੁੱਲਰ ਸਾਹਿਬ, ਠੀਕ ਹੈ ਗੁਰਦਾਰ ਸਾਹਿਬ ਇੱਕ ਸਵਾਲ ਇਹ ਹੈਗਾ ਕਿ ਜਦੋਂ ਇਹ ਵਾਰ ਵਾਰ ਇਹ ਮੰਗ ਕੀਤੀ ਜਾਂਦੀ ਕਿ ਕੋਰਟ ਦੇ ਫੈਸਲੇ ਇੰਤਜ਼ਾਰ ਕਰੋ, ਉਸਦਾ ਮਤਲਬ ਕੀ ਹੈਗਾ? ਇਹ ਕਹਿ ਰਹੇ ਰਾਜ ਸਭਾ ਸਾਡੇ ਬੰਦੇ ਪੂਰੇ ਹੋ ਲੈਣ ਤੋਂ ਉਸ ਤੋਂ ਬਾਅਦ ਕਰਾਂਗੇ। SP ਜੀ, ਮੈਂ KP ਜੀ, ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ, ਦੇਸ਼ ਬਣਾਉਣ ਵਾਸਤੇ ਕੋਰਟਾਂ ਦਾ ਇੱਕ ਰੋਲ ਹੈਗਾ, ਪਰ ਕੋਰਟਾਂ ਦੇ ਫੈਸਲੇ ਹੀ ਅੰਤਿਮ ਨਹੀਂ ਹੁੰਦੇ। ਇਹ ਗੱਲ ਮੈਂ ਪਹਿਲੀ ਵਾਰ ਨਹੀਂ ਕਹਿ ਰਿਹਾ, ਪੰਜਾਬ ਹਰਿਆਣਾ ਦੇ ਪਾਣੀਆਂ ਦੇ ਬਾਰੇ, ਮੈਂ ਹਰਿਆਣੇ ਤੋਂ ਆਉਣਾ, ਹਰਿਆਣੇ ਦੇ ਹੱਕ 'ਚ ਫੈਸਲੇ ਆਉਣ ਤੋਂ ਬਾਅਦ ਵੀ ਮੈਂ ਇਹ ਗੱਲਾਂ ਕਹੀਆਂ ਨੇ, ਇਸ ਕਰਕੇ ਮੈਂ ਮਤਲਬ ਉਹੀ ਗੱਲ ਦੁਹਰਾ ਰਿਹਾ। ਦੇਸ਼ ਕਿਵੇਂ ਬਣੇਗਾ? ਪੁਲਵਾਮਾ ਦਾ ਅਟੈਕ ਹੋਇਆ, ਤੁਹਾਡੇ ਇੱਥੇ ਮੁਲਾਣਾ ਦੇ ਜਿਹੜੇ ਬੱਚੇ ਪੜ੍ਹ ਰਹੇ ਸੀ, ਦੇਹਰਾਦੂਨ 'ਚ ਪੜ੍ਹ ਰਹੇ ਸੀ, ਜੰਮੂ ਕਸ਼ਮੀਰ ਤੋਂ ਆਏ ਸੀ, ਉਹਨਾਂ ਦਾ ਪੁਲਵਾਮਾ ਦੇ ਹਮਲੇ ਦੇ ਵਿੱਚ ਕੋਈ ਹੱਥ ਨਹੀਂ ਸੀਗਾ। ਸਾਡੇ ਇੱਥੇ ਅਚਾਨਕ ਉਹਨਾਂ 'ਤੇ ਅਟੈਕ ਹੋਣ ਲੱਗ ਪਏ, ਉਹਨਾਂ ਨੂੰ ਇੱਥੋਂ ਭੱਜਣ ਨੂੰ ਮਜਬੂਰ ਕਰ ਦਿੱਤਾ ਗਿਆ, ਅਤੇ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਪਾਸੇ ਹੋਇਆ ਸੀ, ਪੰਜਾਬ ਦੇ ਵਿੱਚ ਉਹਨਾਂ ਉਹ ਸੁਰੱਖਿਅਤ ਮਹਿਸੂਸ ਕਰ ਰਹੇ ਸੀ, ਇਹ ਵੀ ਖਬਰਾਂ ਆਈਆਂ, ਕਿਸੇ ਨੇ ਨਹੀਂ ਕਿਹਾ ਪੰਜਾਬ ਨੇ ਕਰਤਾ। ਹਰਿਆਣੇ ਦੇ ਵਿੱਚ ਮੁਲਾਣਾ ਆਉਂਦਾ, BJP ਦੀ ਸਰਕਾਰ ਸੀ, ਇਹ ਲਿਖਿਆ ਗਿਆ ਡੌਗਸ ਆਰ ਅਲਾਊਡ, ਕਸ਼ਮੀਰੀਜ਼ ਆਰ ਨਾਟ ਅਲਾਊਡ। ਇਹ ਹਾਲਤ ਤੁਸੀਂ ਕ੍ਰੀਏਟ ਕਰਤੇ ਕਿ ਇੱਥੋਂ ਹਜ਼ਾਰਾਂ ਬੱਚਿਆਂ ਨੂੰ ਵਾਪਿਸ ਉੱਥੇ ਜਾਣਾ ਪਿਆ। ਹੁਣ ਤੁਸੀਂ ਦੱਸੋ ਉੱਥੇ ਜਾਣ ਤੋਂ ਬਾਅਦ ਉਹਨਾਂ ਦੇ ਐਕਸਪੀਰੀਅੰਸਿਸ ਕੀ ਨੇ? ਕੇਸਿਸ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਅਭਿਨੰਗ ਹੈਗੇ ਹੋ, ਉਹ ਉੱਥੇ ਜਾਂਦੇ ਇੰਡੀਆ ਦੇ ਬਾਕੀ ਹਿੱਸੇ, ਕਸ਼ਮੀਰ ਤੋਂ ਬਾਹਰ ਕਿਸੇ ਪਾਸੇ, ਉੱਥੇ ਸਾਨੂੰ ਭੱਜਣਾ ਪੈਂਦਾ, ਵਾਪਸ ਆਉਣਾ ਪੈਂਦਾ, ਸਾਡੇ 'ਤੇ ਖਤਰਾ ਹੈ। ਅਤੇ ਭਾਰਤੀ ਜਨਤਾ ਪਾਰਟੀ ਦੇ ਉਸ ਤਰ੍ਹਾਂ ਦੀ ਸੋਚ ਵਾਲੇ ਬੰਦੇ ਲਗਾਤਾਰ ਉਸ ਤਰ੍ਹਾਂ ਦੇ ਖਤਰੇ ਵਧਾ ਰਹੇ ਨੇ, ਉਹ ਵਾਪਸ ਜਾ ਕੇ ਕਿਸ ਆਰਗੂਮੈਂਟ ਨਾਲ ਖੜੇ ਹੋਣਗੇ? ਇਹ ਜਦੋਂ ਤੱਕ ਤੁਸੀਂ ਨਹੀਂ ਕਰਦੇ, ਹੁਣ ਇਹਨਾਂ ਨੂੰ ਭੁੱਲਰ ਸਾਹਿਬ ਨੇ ਕਿਹਾ ਫਹਿਮ ਨੂੰ ਕਿ ਇੱਥੇ ਆ ਕੇ ਸਕਾਲਰਸ਼ਿਪ ਲੈਂਦੇ ਨੇ, ਮੈਂ ਕਹਿੰਦਾ ਮੈਂ ਵੈਲਕਮ ਕਰਦਾ, ਕਿਉਂਕਿ ਸਾਡਾ ਦੇਸ਼ ਇੱਕ ਹੈ, ਕਸ਼ਮੀਰ ਦੇ ਬੱਚੇ ਇੱਥੇ ਆਉਣ, ਉਹ ਇੱਥੇ ਪੜ੍ਹਨ, ਇੱਥੇ ਨੌਕਰੀਆਂ ਕਰਨ, ਸਾਡੇ ਬੱਚੇ ਵੀ ਜੇ ਜਾ ਕੇ ਕੱਲ੍ਹ ਨੂੰ ਕਰਨ ਗੱਲ, ਅਤੇ ਜਿੰਨਾ ਉਹਨਾਂ ਦਾ ਸਪੇਸ ਹੈ ਕਾਨੂੰਨ ਦੇ ਵਿੱਚ ਉਹਦੇ ਹਿਸਾਬ ਨਾਲ ਉਹ ਜਾਣ। ਮੈਂ ਇੱਕ ਵਿਅਕਤੀਗਤ ਐਕਸਪੀਰੀਅੰਸ ਦੱਸਣਾ ਚਾਹੁੰਦਾ, ਅਪ੍ਰੈਲ ਦੇ ਵਿੱਚ ਮੈਨੂੰ ਕਸ਼ਮੀਰ ਜਾਣ ਦਾ ਮੌਕਾ ਮਿਲਿਆ ਤਰਾਲ ਦੇ ਏਰੀਏ ਦੇ ਵਿੱਚ, ਆਈ ਵਾਸ ਸਟਨ ਕਿ ਉੱਥੋਂ ਦੇ ਲੋਕ ਤੁਹਾਡੇ ਨਾਲ ਗੱਲ ਕਿੰਨੇ ਪਿਆਰ ਨਾਲ ਕਰਦੇ ਨੇ। 5 ਦਿਨ ਮੈਂ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਰਿਹਾ, ਮੈਂ ਆਈ ਵਾਸ ਸਟਨ, ਮੈਂ 1000 ਗੱਲਾਂ ਸੁਣੀਆਂ ਸੀ, ਇਟ ਵਾਸ ਟੋਟਲੀ ਡਿਫਰੈਂਟ ਐਕਸਪੀਰੀਅੰਸ। ਠੀਕ, ਮੈਂ ਆਪਦੇ ਇੱਥੇ ਹਰਿਆਣੇ ਪੰਜਾਬ ਦੇ ਜਾ ਕੇ ਉਹਨਾਂ ਪ੍ਰੇਮ ਤੇ ਉਹਨਾਂ ਸਨੇਹ ਨਹੀਂ ਮਿਲਿਆ ਹੋਣਾ ਜਿੰਨਾ ਉੱਥੇ ਮਿਲਦਾ। ਚਲੋ, ਉਹ ਕਿਸੇ ਵੀ ਗੱਲ ਤੇ ਖੁੱਲੀ ਗੱਲ ਕਰਨ ਨੂੰ ਤਿਆਰ ਨੇ, ਉਹ ਖੁੱਲੀ ਗੱਲ ਕਰ ਰਹੇ ਨੇ, ਪਰ ਉਦੋਂ ਇਹ ਗੱਲ ਕਰ ਰਹੇ ਸੀ ਉਹ ਕਿ ਜਦੋਂ ਪੰਜਾਬ ਹਰਿਆਣੇ ਦੇ ਵਿੱਚੋਂ ਜਦੋਂ ਲੋਕਾਂ ਨੂੰ ਭੱਜਣਾ ਪਿਆ, UP ਦੇ ਵਿੱਚੋਂ ਭੱਜਣਾ ਪਿਆ, ਉਹ ਬੱਚੇ ਇੱਥੇ ਆ ਰਹੇ ਨੇ, ਉਹਨਾਂ ਦਾ ਕਸੂਰ ਕੀ ਸੀ? ਇਹ ਜਦੋਂ ਤੱਕ ਸਰਕਾਰਾਂ ਨਹੀਂ ਕਰਨਗੀਆਂ ਉਦੋਂ ਤੱਕ ਹੱਲ ਨਹੀਂ ਹੋ ਸਕਦਾ, ਤੇ ਭਾਰਤੀ ਜਨਤਾ ਪਾਰਟੀ ਦੇਸ਼ ਦੇ ਵਿੱਚ ਅੱਗ ਲਾਉਣ ਦਾ ਜਿਹੜਾ ਕੰਮ ਕਰਦੀ ਹੈ ਉਹ ਇਸੇ ਤਰੀਕੇ ਨਾਲ ਕਰਦੀ ਹੈ।
देखो मोदी शाह जो जी विजन है वो आरएसएस की बेसिकली हिंदुत्व आइडियोलॉजी एक पॉलिटिकल प्रोजेक्ट मैं कहूँगा हिंदुत्व का है आरएसएस इंस्पायर्ड और अंडर मोदी एंड शाह वो आरएसएस का पूरा प्रोजेक्ट अडॉप्ट कर लिया है और उन्होंने उस प्रोजेक्ट नाल पॉलिटिकल गेन्स भी हो रहे हैं क्योंकि वो कश्मीर नू एक सिंबल बनाना चाहते एज इंडिया वर्सिज रेस्ट ऑफ इंडिया वर्सिज कश्मीर जो हिंदुत्व का जो पोलिटिकल कंस्ट्रक्ट है इट इज बेस्ड ऑन अदरिंग द अदर माइनॉरिटी विक्रम जी तुसी एक सवाल किया हाँ। कि मैनू लगता कि हजे बीजेपी या केंद्र सरकार यह फैसला लेंदे मूड में नहीं हैगी हक में नहीं हैगी स्थिति में नहीं हैगी सवाल यह है क्या कि यह सारा पुआड़ा जोड़ा इस वक्त देश के दे बहस जी हुई है उस तो बाद कि जम्मू कश्मीर इलेक्शन अनाउंस तो नहीं हो जाएंगे नहीं देखो जी मोदी साहब की जी कश्मीर पॉलिसी है वह मिस्टर डोवल के काफ़ी प्रिजम के विजन के थ्रू चलती है और वो एक उन्हों का एक डिलिबरेट मूव होंगी है कि लोगों को अनसर्टनटी विच रखो मैनिपुलेशन और अनसर्टनटी जेडे इन्हों के पोलिटिकल रीजन होंगे ने इन्हों के आइडियोलॉजिकल रीजन होंगे इन्हों के स्ट्रैटेजिक रीजन होंगे ने इन्हों के सिक्योरिटी रीजन होंगे ने क्योंकि कश्मीर एक पोलिटिकल प्रॉब्लम नहीं है रिमेंबर कश्मीर हैज़ गॉट अनसैटल्ड फ्रंटियर्स बट टू वेरी पावरफुल एनिमीज जिन्हों चाइना एंड पाकिस्तान बैठे ने इट इज़ नॉट अ सिंपल पोलिटिकल प्रॉब्लम सानू एक्चुअल थ्रेट भी है बिकॉज पाकिस्तान चाइना मेरा सवाल थी विक्रमजीत मैं चाइना पाकिस्तान का सवाल तो मैं ब्रेक तो बाद लूंगा मेरा सवाल सी इस तो बाद जम्मू कश्मीर चोणां तां अनाउंस हो रही नहीं अब चोना ने आना ही आना है आई कैन नॉट से कि अनाउंस होंगी कि नहीं होंगी हो भी सकती है ने, हो भी स्पेकुलेशन चल रहा है एक और छोटा ब्रेक लवेंगे ब्रेक तो वापस आवेंगे वापस आके फिर सवाल पूछेंगे आर्टिकल 35 इतने पॉलिटिक्स क्यों हो रही है तो इस पॉलिटिक्स के परते पिछे क्यों है जड़ा वो सवाल है उसका जवाब कौन देगा ये क्यों है जड़ी हमेशा पंगा पाती है विक्रम जी कहते हैं अनसर्टिनिटी ये क्यों दिखाई जा रही है क्यों होंगी है तो जदों शेयर एक सुनता है मैं दो सत्रह सरहद पर तनाव है कहीं देश में चुनाव है कि लाइन तो नहीं सिद्ध हो रही ब्रेक तो वापस आ रहे सवाल इक्यों पूछ रहे हैं आर्टिकल 35 के पे पुआड़े परते पिछे कि सियासी स्क्रिप्ट है विक्रमजीत तुम चाइना का जिक्र किया पाकिस्तान का जिक्र किया है तुम सवाल यह है पाकिस्तान चाइना अफगानिस्तान कश्मीर अमरीका भारत असल समस्या है की है देखो सानू सब तो वड्डा एंगल कश्मीर का यह है कि कश्मीर कैन कॉज इनस्टेबिलिटी अक्रॉस साउथ एशिया एंड टिल अफगानिस्तान एटलीस्ट और अगर कोई वड्डे टेररिस्ट हमले होंदे ने उन्हें संभालने बहुत औखे हो जाने क्योंकि हुन एसकलेशन साइकिल मिलिट्री चल पैंदा मोदी साहब ने पहली बारी उड़ी होया पैरा रेजिमेंट पैरा कमांडोज की स्ट्राइक की पुलवामा होया ही डिड एयर स्ट्राइक्स हुन अगर कोई वड्डे हमले होंदे ने और जिस तरह अफगानिस्तान में सिचुएशन बदल रही है और इंडिया दे बड़े उत्थे एसेट्स ने ते अगर टेररिज्म फिर उठती है बड़ी स्ट्रोंगली तो हुन क्वेश्चन अराइजेस कि मोदी साहब की मिलिट्री रिटेलीएशन किस लेवल पर जाएगी और वो फिर संभालनी बड़ी औखी हो जानी क्योंकि पाकिस्तान विल रिटेलीएट एंड इट विल गो इन टू एन एसकलेशन स्पायरल सब उहदे उपर आती है स्ट्रैटेजिक पिक्चर स्ट्रैटेजिक पिक्चर यह हैगी है कि अज ट्रंप इंडिया नाल कुछ खफा है ऑन इशूज़ लाइक ट्रेड जिहड़ा इंडिया मिजाइल सिस्टम S-400 रशिया तो बाय कर रहा ट्रंप इज़ अपसैट विद दैट बिकॉज ट्रंप चाहता है कि मेरे वैपन्स अमेरिका के वैपन्स तुम बाय करो दूजा चाइना नाल साडे प्रेजिडेंट और प्राइम मिनिस्टर का समिट आ रहा है इन इंडिया इन अक्टूबर और चाइना भी इंडिया नाल इसलिए नाराज़ रहिंदा है पिछों पिछों इट इज़ वेरी कंट्रोल्ड क्योंकि इंडिया इज़ टिल्टिंग दे सी इंडिया इज़ टिल्टिंग टूवर्ड्स US तुम देखो हुन ईरान और US की कन्फ्रंटेशन हुई है तो इंडिया हैज़ टोल्ड द US लाइन कंप्लीटली ऑयल भी बंद करता बिल्कुल ठीक है चाबार पोर्ट का जिहड़ा साडा स्ट्रैटेजिक इंटरेस्ट सी बहुत जबरदस्त इन्वेस्टमेंट है वह ईरान साडे नाल नाराज़ हो गया कि तुसी US की इन्नी वन साइडेड यू हैव टेकन US साइड क्योंकि साउदी अरेबिया UAE आर क्लोज टू इंडिया टू द मोदी गवर्नमेंट स्पेशली सो वी हैव गॉन इन देयर फेवर सो स्ट्रैटेजिक सिचुएशन जिहड़ी है वह कोई खास फेवरेबल नहीं है इंडिया लिए एट दिस जंक्चर क्योंकि US इज डिस्टेंसिंग इटसेल्फ क्योंकि ट्रंप नाराज़ है चाइना तो उन्हें पता डबल गेम खेलता है इट इज़ एक्चुअली इंडियाज एडवर्सरी पाकिस्तान कहते ना उन्हों का एक जोश आ गया ट्रंप की मीटिंग के बाद क्योंकि अफगानिस्तान में पाकिस्तान एक बड़ा व्डा रियल जोश है
real josh at the moment. You see, you have to look at junctures of phases of history, contemporary history. Aaj de phase vich dekho modi saab di government de aaj koi aisa koi bada electoral compulsion nahi hai ki oh kashmir vich agla den te election jit jaan. Oh at the moment nahi hai. On the other hand, yani ke modi saab is waqt majboor ne is step chakkan de. I don't think he is deliberately lighting fires now. Oh karde ne kite kite hun nahi kar rahe, kyunki aj kashmir nu sambhalna ag lag jaye te bahut mushkil hoega aur ode naal saadi jehdi strategic situation hai with pakistan bigad sakdi hai aur military conflict pa sakta hai. Theek hai, bahut important point hai. Fahim, sawal hai ga ke je precautionary step pe is nu mannya jave jehde step chakke ja rahe hai, tusi ki kendra sarkar naal nahi khadde? जो प्रिकॉशनरी स्टेप तो लग, अगर आपको लग रहा है कि है ये तो मतलब कहीं पे आप डिप्लॉय कर रहे हो फोर्सेस, ये तो आप टेरर क्रिएट कर रहे हो ना लोगों के मन में, और वहाँ के लोग क्या सोचेंगे फिर जब किसी भी बंदे को बाहर निकल रहे उसको फौजी लोगों के मन च क्यों टेरर आ रहा है वहीम? क्योंकि वो तो सरहद पर टेररिज्म है जो उस मन में टेरर लेना चाहते हैं. सरहद पार टेररिज्म को किसकी कौन से टेररिज्म की बात आप कर रहे हैं? सरहद पार के यहाँ का देखो ना कि कश्मीर में सिचुएशन क्यों है. अब आप बोलोगे कि वो उनका क्रिएटेड है, लेकिन आपने जब ऑपरेशन किया, जब आपने वो सूरत हाल पैदा की, उनको बहुत इजीली होता है यहाँ के लोगों को अपने अपनी तरफ ये खींच लेना, क्योंकि बाद में तो यही आप ये वो भी यही चाहते हैं कि आप उन पर दबा ले ताकि वो उनको मैनिपुलेट कर ले, और बाद में कहोगे कि उन्होंने टेररिज्म क्रिएट किया. टेररिज्म क्रिएट किया जाता है आपकी पॉलिसी से. अभी देखे पांच साल में ये टोटल फेलियर है गवर्नमेंट की पॉलिसीज का. कौन सी पॉलिसी उनकी सक्सेसफुल हुई वहां पे? अब पॉलिसीज इनकी यही है कि अब इनको लग रहा है कि कोई विकास तो हुआ नहीं देश का, अब टेररिज्म को मुद्दा बना के अपने आप को डिफेंड कर रहे. कोई सूरत हाल देखो वहां पर क्या है, टोटल टेररिज्म. अब तो ये लग रहा है कि बीजेपी वहां पर आके टेररिज्म क्रिएट कर रही है, फोर्सेज डिप्लॉय करके लोगों के मन में बिल्कुल फेयर क्रिएट कर रही है ताकि वहां और सिचुएशन टेंस हो जाए और ये डिफेंड करे कि हम फोर्सेज वहां पे क्यों भेज रहे हैं. कितने ये लगता है कि ये जड़ा उथे चिंता क्रिएट की जा रही है, टेंशन क्रिएट की जा रही है, उस तो बाद उथे चोणा तो नहीं होनी है. उसके बाद देखो चुनाव होना या ना होना कोई बड़ी बात नहीं है. कोई ताल्लुक है या नहीं है? जी बिल्कुल, उसका भी वो भी सूरत हाल है, क्योंकि चुनाव भी आगे आ रहे हैं और इन्होंने कहा भी है, पिछले स्टेटमेंट में भी आया था जब अमित शाह यहाँ से गए, उन्होंने बोला कि हम यहाँ मतलब चुनाव करेंगे बहुत जल्दी. चाहे वो उसका इशारा तो दे दिया, अब ये हम नहीं कह सकते ना कि उसके लिए ऑलरेडी हमेशा फौजें जा रही है. आज तक ये नहीं आया कि वहां से बाहर निकाली डिप्लॉय की जा रही है. ठीक है, ये तो क्रिएटेड टेररिज्म. जो स्थानक लोग है प्रोसेस क्यों नहीं लै पा रहे हैं? चाहे उसे फोर्सेस वधाओ, उन्होंने एड्रेस तो करो ना भाई आ समस्या हैगी, इसलिए असं आ स्टैप चक रहे हैं. तुम उन्होंने दसो उन्होंने तुम प्रोसेस नहीं लेंदे, वो खौफ च ने डरे पे है, वो अपील करी जाते कश्मीरी सारे कट्ठे हो जाओ, ये कश्मीरी सारे कट्ठे हो जाओ, यह मतलब यह बनता है कि बाकी सारे वक् हो गए कश्मीरी कट्ठे हो जाएंगे. असं सारे मुल्क को कट्ठा क्यों नहीं करते पे? देखो गल जितों हम गल चल रही थी टेररिज्म क्रिएट कर रहे हैं, 89 टेररिज्म किने क्रिएट किया? उस टाइम तो कोई ऐसी गल नहीं सी, जो 2.5 लाख हिंदू जो एको राज कटते इन्होंने कुट कुट के जायदा नहीं कब्जा कर लिया. आपको इंटरफेयर नहीं किया, एक मिनट सुन लो बात, ठीक है? पॉलिसी जिसकी मर्जी हो, टेररिज्म आपने क्रिएट किया वो तो एक मिनट, ठीक है? आपने एक ही रात में 2.5 लाख लोग निकाल दिए वहां पे, उनकी लड़कियों का रेप किए गए, उनको मारा गया, उनकी जायदाद पे कब्जे किए गए, उनके घर चला दिए गए, उनके कारोबार सारे कब्जे कर लिए आप लोगों ने, मंदिरों की जगह पे मस्जिद बन गई वहां पे. एक मिनट सुन लो, अज टेररिज्म जड़ा है पूरे हिंदुस्तान चो सिमट के सिर्फ एक दो डिस्ट्रिक्ट रह गया है जे एंड के, ठीक है? तुसी पिछले 5 साल दसो जरा बारामूला पुलवामा के बारामूला जो 2-3 डिस्ट्रिक्ट ने उते सिर्फ सिमट गया हो, और उस तो बाहर कितने भी टेररिज्म नहीं है. बाकी जगह कंट्रोल हो गया ना? बिल्कुल कंट्रोल है. अच्छा, सिर्फ उठे दो जिले के 3-4 जिले ने जिथे मेनली अज टेररिज्म. अच्छा, ठीक है, उस तो ज्यादा नहीं है. और दूसरी जिन्होंने तकलीफ कि जिन्हां दे परिवारों का अज तक उसे राज चल रहा है, जिन्हें डिक्टेटरशिप चलती सी, जिन्हां दी लुटमार चलती सी, उन्होंने तकलीफ है. जां जिहड़े कुछ जिहड़े वक्खवादी सीगे 5-7 लोग वो ने जिन्हां दा उत्थे प्रॉपर पैसे दा जिहड़ा जुगाड़ हुंदा सीगा, जिन्हां नूं थ्रू पाकिस्तान जां दूसरे पैसा हुंदा. अब्दुल्ला परिवार नूं तुसीं किस कैटेगरी च रखदे हो? अब्दुल्ला परिवार नूं बिल्कुल बिल्कुल ओही ने जिहड़े मुफ्ती परिवार नूं तुसीं किस कैटेगरी च रखदे हो? जिहदे नाल अलायंस कीता सी. हां, अलायंस इस करके किया सी भी उत्थे कुछ शांति शायद बना सके. तुसीं परिवार दा आप जिक्र छड्या पर मैं कह रहा हूं अलायंस इस करके किया सी भी शायद उत्थे ही कुछ शांति. अज मुफ्ती परिवार किस कैटेगरी च है? देखो असीं पहला भी कहा तुहानूं किन्नी वारी कि चाहे अब्दुल्ला परिवार है, चाहे मुफ्ती परिवार है, चाहे वक्खवादी ने, जिहड़ा भी कोई अगर गलत उत्थे
ਉਹ ਚੱਲਦਾ ਹੈਗਾ ਤਾਂ ਅਸੀਂ ਉਹਦੇ ਨਾਲ ਨਹੀਂ ਹੈਗੇ, ਅਗਰ ਅਸੀਂ ਉਹਦੇ ਨਾਲ ਰਹਿੰਦੇ ਤਾਂ ਸ਼ਾਇਦ ਸਰਕਾਰ ਚੱਲਦੀ ਰਹਿੰਦੀ। ਹਾਂਜੀ ਗੁਰਦਾਰਾ ਸਾਹਿਬ, ਲਾਸਟ ਮਿੰਟ ਤੁਹਾਡੇ ਚਾਹੀਦੇ ਗੁਰਦਾਰਾ ਸਾਹਿਬ, ਇਹ ਰੌਲਾ ਕਿਉਂ ਪੈ ਗਿਆ? ਸਰ ਦੋ ਤਿੰਨ ਗੱਲਾਂ ਮੈਂ ਕਹਿਣਾ ਚਾਹੁੰਦਾ। ਹਾਂ, 35A ਤੁਸੀਂ ਸ਼ੁਰੂ 'ਚ ਦਿਖਾਇਆ ਕੀ ਦਿੰਦਾ? 35A ਉੱਥੋਂ ਦੀ ਅਸੈਂਬਲੀ ਅਤੇ ਸਰਕਾਰ ਨੂੰ ਅਧਿਕਾਰ ਦਿੰਦਾ ਕਿ ਆਪਦੇ ਉੱਥੋਂ ਦੇ ਸਥਾਈ ਵਾਸਿੰਦੇ ਜਿਹੜੇ ਨੇ ਉਹਨਾਂ ਨੂੰ ਚਿੰਨ੍ਹਿਤ ਕਰ ਸਕੇ, ਕਹਿ ਸਕੇ ਅਸਥਾਈ ਵਾਸਿੰਦੇ ਨੇ। ਠੀਕ ਹੈ, ਫਿਰ ਉਹ ਸਥਾਈ ਵਾਸਿੰਦਿਆਂ ਨੂੰ ਕੁਛ ਵਿਸ਼ੇਸ਼ ਲਾਭ ਦੇ ਸਕਦੀ ਹੈ, ਜਿਵੇਂ ਰੁਜ਼ਗਾਰ ਦੇ ਸਕਦੀ ਹੈ, ਕੋਈ ਪ੍ਰੋਪਰਟੀ ਬਾਹਰ ਅਕਵਾਇਰ ਕਰ ਸਕਦੇ ਨੇ, ਬਾਹਰ ਦੇ ਨਹੀਂ ਕਰਜ਼ ਕਰਨਗੇ, ਬੱਚਿਆਂ ਨੂੰ ਸਕਾਲਰਸ਼ਿਪ ਦੇ ਸਕਦੀ ਹੈ। ਇਹ 35A ਕਹਿੰਦਾ। ਹੁਣ ਤੁਸੀਂ ਦੂਜੇ ਪਾਸੇ ਆ ਜਾਓ, ਸਾਡੇ ਦੇਸ਼ ਦੇ ਵਿੱਚ ਲਗਾਤਾਰ ਗੱਲ ਚੱਲ ਰਹੀ ਹੈ, ਸ਼ਾਇਦ ਆਂਧਰਾ ਪ੍ਰਦੇਸ਼ ਨੇ ਤਾਂ ਘੱਟਾ ਹੈ ਕਿੰਨੇ 70-75% ਰੁਜ਼ਗਾਰ ਸਥਾਨੀ ਲੋਕਾਂ ਨੂੰ ਹੋਏਗਾ, ਹਰਿਆਣੇ ਦੇ ਵਿੱਚ ਇਹ ਗੱਲ ਚੱਲਦੀ ਹੈ, ਗੁੜਗਾਵਾਂ ਦੇ ਵਿੱਚ ਸਥਾਨੀ ਲੋਕਾਂ ਨੂੰ ਹੋਏਗਾ, ਦਿੱਲੀ ਦੇ ਵਿੱਚ ਵੀ ਮੁਹਾਵਰੇ ਉੱਠਦੇ ਨੇ, ਕਦੇ ਕਦੇ ਲੌਂਗ ਬੈਕ ਗੁਜਰਾਤ ਵਾਸਤੇ ਮੋਦੀ ਸਾਹਿਬ ਨੇ ਵੀ ਇਸ ਤਰ੍ਹਾਂ ਦੀ ਗੱਲ ਕਹੀ ਸੀ। ਜਦੋਂ ਬਾਕੀ ਦੇਸ਼ ਦੇ ਵਿੱਚ ਵੀ ਇਹ ਗੱਲ ਹੈ, ਫਿਰ ਅਗਲੀ ਗੱਲ ਹੋਰ, ਤੁਹਾਡੇ ਡੋਮਿਸਾਈਲ ਸਟੇਟ ਤੈਅ ਕਰਦੀ ਹੈ ਕੌਣ ਹੋਏਗਾ, ਡੋਮਿਸਾਈਲ ਬਣਨਗੇ, ਐਡਮਿਸ਼ਨ ਦੇ ਵਿੱਚ ਰਿਜ਼ਰਵੇਸ਼ਨਸ ਹੋਣਗੀਆਂ, ਇਹ ਤੈਅ ਕਰਦੇ ਹਾਂ ਅਸੀਂ। ਅਸੀਂ ਇਹ ਵੀ ਤੈਅ ਕਰਦੇ ਹਾਂ ਕਿ ਹਰਿਆਣੇ ਦੇ ਵਿੱਚ ਜਦੋਂ ਬਾਜਰਾ ਅਤੇ ਸਰਸੋਂ ਅਤੇ MSP 'ਤੇ ਖਰੀਦਣ ਵਾਲੀ ਫਸਲਾਂ ਆਉਣਗੀਆਂ ਤਾਂ ਸਰਕਾਰ ਕਹੇਗੀ ਕਿ ਬਾਰਡਰ ਤੋਂ ਕੋਈ ਬਾਹਰੋਂ ਬਾਜਰਾ ਆ ਗਿਆ, ਪਹਿਲਾਂ ਰਜਿਸਟਰ ਨਹੀਂ ਕਰਾਇਆ, ਸਬੂਤ ਨਹੀਂ ਗਾ, 4 ਸਬੂਤ ਤੁਹਾਡੇ ਕੋਲ ਨਹੀਂ ਗਏ ਅਤੇ ਤੁਹਾਡਾ ਬਾਜਰਾ ਨਹੀਂ ਖਰੀਦਾਂਗੇ। ਬਿਲਕੁਲ ਠੀਕ। ਇਹ ਜਿਹੜਾ ਫੈਡਰਲ ਸਟਰਕਚਰ ਹੈ ਇਹਦੇ 'ਚ ਕੋਈ ਵੀ ਸਟੇਟ ਨੂੰ ਇਸ ਤਰ੍ਹਾਂ ਦੀ ਪਾਵਰ ਦੇਣਾ ਆਖਿਰ ਕਿੱਥੇ ਗੜਬੜ ਹੈ? ਦੈਟ ਇਜ਼ ਟੂ ਬੀ ਸੀਨ। ਜੇ ਤੁਸੀਂ ਫੈਡਰਲ ਸਟਰਕਚਰ ਦੇ ਨਾਤੇ ਵਿਚਾਰ ਨਾਲ, ਜੇ ਤੁਸੀਂ ਸਥਾਨੀਆਂ ਲੋਕਾਂ ਦੀ ਜਿਹੜੀ ਐਸਪੀਰੇਸ਼ਨਸ ਨੇ, ਆਕਾਂਕਸ਼ਾਵਾਂ ਨੇ, ਉਹਨੂੰ ਧਿਆਨ 'ਚ ਰੱਖਦੇ ਹੋਇਆ ਜੰਮੂ ਕਸ਼ਮੀਰ ਦਾ ਇੱਕ ਵਿਸ਼ੇਸ਼ ਜਿਹੜਾ ਦੌਰ ਰਿਹਾ, ਜਿਹੜੀ ਵਿਸ਼ੇਸ਼ ਇਤਿਹਾਸ ਰਿਹਾ, ਉਹ ਸਾਰਿਆਂ ਨੂੰ ਜੋੜ ਕੇ ਜੇ ਤੁਸੀਂ ਗੱਲ ਨਹੀਂ ਕਰੋਗੇ ਤਾਂ ਫਿਰ ਮੈਨੂੰ ਲੱਗਦਾ ਕਿ ਇਹ ਜਿਹੜੀ ਸਰਕਾਰ ਉਹਨਾਂ ਨੂੰ ਵੇਖੇ ਬਿਨਾਂ ਜਿਹੜੀ ਗੱਲ ਕਰ ਰਹੀ ਹੈ, ਟਰੁੱਫ ਭੇਜ ਕੇ ਸੰਦੇਸ਼ ਦੇਣਾ ਚਾਹੁੰਦੀ ਹੈ, ਉਹ ਬਹੁਤ ਖਤਰਨਾਕ ਹੈ। ਖਤਰਨਾਕ ਇਸ ਕਰਕੇ ਹੈ, ਜਿਹੜੀ ਗੱਲ ਵਿਕਰਮ ਜੀ ਨੇ ਕਹੀ, ਅਮਰਨਾਥ ਯਾਤਰਾ ਦੇ ਸੰਦਰਭ ਵਿੱਚ ਗੱਲ ਕਰ ਰਹੇ ਹੁੰਦੇ, ਕੁਛ ਹੋਰ ਗੱਲ ਕਰ ਰਹੇ ਹੁੰਦੇ, ਉੱਥੋਂ ਦੇ ਲੋਕ ਵੀ ਸਮਝਦੇ, ਪਰ ਜਿਹੜਾ ਭੁੱਲਰ ਸਾਹਿਬ ਕਹਿ ਰਹੇ ਨੇ, ਇੱਕ ਪਾਸੇ ਤਾਂ 2 ਜ਼ਿਲ੍ਹਿਆਂ ਦੇ ਵਿੱਚ ਟੈਰਰਿਜ਼ਮ ਰਹਿ ਗਿਆ ਅਤੇ 10,000 ਤੁਹਾਨੂੰ ਅਚਾਨਕ ਭੇਜਣ ਦੀ ਲੋੜ ਪੈ ਗਈ, ਆਖਿਰ ਤੁਸੀਂ ਜਸਟੀਫਾਈ ਕਰ ਕਿਉਂ ਨਹੀਂ ਰਹੇ? ਜਸਟੀਫਾਈ ਨਹੀਂ ਕਰੋਗੇ ਤਾਂ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਇੰਡੀਆ ਦੀ ਗੌਰਮੈਂਟ ਨੇ ਲਗਾਤਾਰ ਆਪਦਾ ਹਿੱਸਾ ਮੰਨਦੇ ਮੰਨਦੇ ਵੀ ਇੰਨਾ ਵਿਤਕਰਾ ਕੀਤਾ, ਇੰਨਾ ਧੱਕਾ ਕੀਤਾ, ਇੰਨਾ ਰਿਪਰੈਸ਼ਨ ਕੀਤਾ ਅਤੇ ਉਹਨਾਂ ਨੂੰ ਵਾਰ ਵਾਰ ਇਹ ਧਿਆਨ 'ਚ ਆਏਗਾ। ਜਦੋਂ ਅਸੀਂ ਇੱਥੇ ਬਹਿ ਕੇ ਸਾਡੀ ਸਰਕਾਰ ਦਿੱਲੀ ਬਹਿ ਕੇ ਜਿਸ ਤਰ੍ਹਾਂ ਦਾ ਵਰਤਾਓ ਕਰੇਗੀ, ਉਦੋਂ ਹੀ ਉਹ ਕੁਛ ਪਾਰਟੀਆਂ ਪਰਿਵਾਰ ਜਿਹਨਾਂ ਦੀ ਮੁਫਤੀ ਮੁਹੰਮਦ ਵੀ ਹੈਗੀ, ਜਿਹਨੇ BJP ਨਾਲ ਅਲਾਇੰਸ ਕੀਤਾ ਸੀ, BJP ਨੇ ਉਹਦੇ ਨਾਲ ਅਲਾਇੰਸ ਕੀਤਾ ਸੀ, ਅਤੇ ਕੁਛ ਪਰਿਵਾਰ ਜਾਂ ਕੁਛ ਲੀਡਰ ਉੱਥੋਂ ਦੇ ਉਸ ਗੱਲ ਨੂੰ, ਉਸ ਸੁਪਨੇ ਨੂੰ, ਉਸ ਵਿਚਾਰ ਨੂੰ ਭੜਕਾ ਸਕਣਗੇ। ਜੇ ਦਿੱਲੀ ਦੀ ਠੀਕ ਫੈਸਲਾ ਕਰੇਗੀ, ਦਿੱਲੀ ਉੱਥੇ ਦੇ ਲੋਕਾਂ ਨੂੰ ਵਿਸ਼ਵਾਸ ਦਵਾਏਗੀ, ਦਿੱਲੀ ਕਹੇਗੀ ਕਿ ਤੁਹਾਡੀ ਗੱਲ ਇੱਥੇ ਸੁਣੀ ਜਾਏਗੀ ਅਤੇ ਸ਼ਾਇਦ ਉੱਥੋਂ ਲੋਕ ਵਿਚਾਰੇ ਗੱਲ। ਠੀਕ ਹੈ ਵਿਕਰਮ ਜੀ, ਜੇ ਤੁਸੀਂ ਉਹ ਵੀ ਨਹੀਂ ਕਰਦੇ ਤਾਂ ਫਿਰ ਗੱਲਾਂ ਕਰੀ ਜਾਓਗੇ ਤਾਂ ਫਿਰ ਤਾਂ ਭੜਕਾ। ਵਿਕਰਮ ਜੀ, ਲਾਸਟ ਮਿੰਟ ਤੁਹਾਡਾ ਚਾਹੀਦਾ ਹੈ, ਇੱਕ ਐਰੇ ਡਾਇਲੋਗ ਹੋਣਾ ਚਾਹੀਦਾ, ਉਹਨਾਂ ਨੂੰ ਭਰੋਸੇ 'ਚ ਰਹਿਣਾ ਚਾਹੀਦਾ। ਮੇਰਾ ਸਵਾਲ ਇਹ ਹੈ, ਇਸ ਪੂਰੀ ਸਿਚੁਏਸ਼ਨ ਨੂੰ, ਇਸ ਇਹਨਾਂ ਪੂਰੇ ਹਾਲਾਤਾਂ ਨੂੰ ਅਮਰੀਕਾ, ਚੀਨ, ਪਾਕਿਸਤਾਨ ਅਤੇ ਕਸ਼ਮੀਰ ਦੇ ਲੋਕ ਉਹ ਕਿਸ ਨਜ਼ਰੀਏ ਨਾਲ ਦੇਖ ਰਹੇ ਆ? ਲਾਸਟ ਮਿੰਟ ਫਟਾਫਟ। ਦੇਖੋ, ਜਿਹੜੇ ਵਰਲਡ ਪਾਵਰਸ ਨੇ, ਦੇ ਸੀ ਦੈਟ ਕਸ਼ਮੀਰ ਇਜ਼ ਇੰਡੀਆਜ਼ ਵਲਨਰੇਬਿਲਿਟੀ, ਇਹ ਕਸ਼ਮੀਰ ਇੰਡੀਆ ਦਾ ਇੱਕ ਵੀਕ ਪੁਆਇੰਟ ਹੈਗਾ। ਐਟ ਦ ਸਟ੍ਰੈਟਜਿਕ ਲੈਵਲ ਕਸ਼ਮੀਰ ਇੱਕ ਬਿਲਕੁਲ ਵਲਨਰੇਬਲ ਪੁਆਇੰਟ ਹੈ ਇੰਡੀਆ ਦਾ। ਕਸ਼ਮੀਰ ਦੇ ਲੋਕ ਕਿਸ ਤਰ੍ਹਾਂ ਦੇਖਦੇ ਨੇ? ਕਸ਼ਮੀਰ ਦੇ ਲੋਕ ਦੇਖਣ ਦਾ ਨਜ਼ਰੀਆ ਹੁਣ ਕੰਪਲੀਟਲੀ ਐਂਟੀ ਇੰਡੀਆ ਬਣ ਰਿਹਾ। ਇਟ ਇਜ਼ ਨੋਟ ਏਲੀਨੇਸ਼ਨ, ਇਟ ਇਜ਼ ਮੱਚ ਵਰਸ ਦੈਨ ਏਲੀਨੇਸ਼ਨ। ਠੀਕ ਹੈ, ਪਾਕਿਸਤਾਨ, ਚੀਨ, ਅਮਰੀਕਾ, ਔਰ ਇਹ ਜਿਹੜੀ ਏਲੀਨੇਸ਼ਨ ਹੈ, ਇਹ ਇੱਕ ਦਿਨ ਇੰਡੀਆ ਲਈ ਇੱਕ ਸਟ੍ਰੈਟੇਜਿਕ ਡੇਂਜਰ, ਬਹੁਤ ਵੱਡਾ ਸਟ੍ਰੈਟੇਜਿਕ ਡੇਂਜਰ ਬਣੇਗਾ। ਕਿਉਂਕਿ ਤੁਸੀਂ ਟੈਰਰਿਸਟ ਨੂੰ ਤਾਂ ਮਾਰ ਕੁੱਟ ਲਓ, ਠੀਕ ਹੈ, ਉਹਨਾਂ ਨਾਲ ਬੰਦੂਕਾਂ, ਇਟਸ ਜਸਟੀਫਾਈਡ, ਪਰ ਲੇਕਿਨ ਜਿਸ ਦਿਨ ਲੋਕ ਲੱਖਾਂ ਵਿੱਚ ਬਾਹਰ ਆ ਕੇ ਪ੍ਰੋਟੈਸਟ ਕਰਨਗੇ ਔਰ ਸੜਕਾਂ 'ਤੇ ਆ ਕੇ ਬਹਿ ਜਾਣਗੇ, ਤੁਸੀਂ ਕੀ ਕਰ ਲਓਗੇ? ਯੂ ਕਾਂਟ ਬੈਟਲ ਮਹਿਬੂਬਾ ਮਹਿਬੂਬਾ ਅਤੇ ਉਮਰ ਅਬਦੁੱਲਾ ਜਾਂ ਫਾਰੂਕ ਅਬਦੁੱਲਾ ਦੇ ਜਿਹੜੇ ਬਿਆਨ ਹੈ ਕਿਹਾ, ਉਹ ਅਮਰੀਕਾ, ਪਾਕਿਸਤਾਨ ਅਤੇ ਚੀਨ ਦੇ ਲਈ ਕੀ ਕੰਮ ਕਰ ਰਹੇ ਆ? ਦੇਖੋ, ਫਾਰੂਕ ਅਬਦੁੱਲਾ, ਮਹਿਬੂਬਾ ਆਰ ਪਲੇਇੰਗ ਵੈਰੀ ਨੈਰੋ ਮਾਈਂਡਡ ਪੋਲੀਟਿਕਸ। ਉਹ ਲੋਕਾਂ ਦੇ ਫੇਅਰਸ ਔਰ ਇਨਸਿਕਿਉਰਿਟੀਜ਼ ਨੂੰ ਭੜਕਾ ਰਹੇ ਨੇ, ਕਿਉਂਕਿ ਉਹ ਇੱਕ ਦੂਜੇ ਵਿੱਚ ਕੰਪਟੀਸ਼ਨ ਕਰ ਰਹੇ ਫੋਰ ਦਿਸ ਐਗਜੈਕਟਲੀ ਦਿਸ ਕਿ ਕਸ਼ਮੀਰੀਜ਼ ਆਰ ਅੰਡਰ ਥ੍ਰੈਟ, ਔਰ ਵੋਟ ਤਾਂ ਇੱਕ ਹੀ ਹੈ ਕਸ਼ਮੀਰ ਦੀ। ਉਹਨਾਂ ਨੇ ਫਾਰੂਕ ਅਬਦੁੱਲਾ ਵੀ ਉਹ ਤਾਂ ਟੋਟੇ ਲਊਗਾ, ਮਹਿਬੂਬਾ ਮੁਫਤੀ ਵੀ ਉਹ ਤਾਂ, ਉਹਨਾਂ ਜੰਮੂ 'ਤੇ ਵੋਟਾਂ ਮਿਲੀਆਂ ਨਹੀਂ ਆ। ਸੋ ਦੇ ਆਰ ਫਾਈਟਿੰਗ ਓਵਰ ਦਿਸ ਵੋਟ, ਔਰ ਕੁੱਲ ਮਿਲਾ ਕੇ ਸਾਰਾ ਕੁਛ ਵੋਟ ਬੈਂਕ ਦੀ ਪੋਲੀਟਿਕਸ ਹੈ, ਸਾਰਾ ਕੁਛ ਵੋਟ ਬੈਂਕ ਦਾ ਪੋਲੀਟਿਕਸ ਵੀ ਹੈ, ਸਟ੍ਰੈਟੇਜਿਕ ਗੇਮ ਵੀ ਚੱਲ ਰਹੀ ਹੈ ਬਹੁਤ ਵੱਡੀ। ਵੋਟ ਬੈਂਕ ਪੋਲੀਟਿਕਸ ਵੱਡਾ ਹਿੱਸਾ, ਔਰ ਵੱਡਾ ਹਿੱਸਾ ਆਲਵੇਜ਼, ਬਿਕੋਜ਼ ਪੋਲੀਟਿਕਸ ਡਿਟਰਮਿਨਸ ਐਵਰੀਥਿੰਗ ਐਂਡ ਆਈਡੀਓਲੋਜੀਕਲੀ ਆਲਸੋ, ਕਿਉਂਕਿ ਜਿਹੜੀ ਹਿੰਦੁੱਤਵਾ ਦੀ ਆਈਡੀਓਲੋਜੀਕਲ ਕੰਸਟਰਕਟ ਹੈ ਔਰ BJP ਉਹਦਾ ਇੱਕ ਪੋਲੀਟੀਕਲ ਮੈਨੀਫੈਸਟੇਸ਼ਨ ਹੈ, ਕਿਉਂਕਿ BJP ਇਜ਼ ਇਨ ਪਾਵਰ, ਇਟ ਹੈਜ਼ ਅ ਵੈਰੀ ਇੰਪੋਰਟੈਂਟ ਬੇਅਰਿੰਗ ਔਨ ਵਾਟ ਇਜ਼ ਹੈਪਨਿੰਗ। ਠੀਕ ਹੈ, ਲਾਸਟ ਮਿੰਟ ਫਟਾਫਟ ਦੱਸੋ। ਵਿਕਰਮ ਜੀ ਨੇ ਜੋ ਕਿਹਾ, BJP ਲਗਾਤਾਰ
ਨਫ਼ਰਤ ਫੈਲਾ ਕੇ ਇੱਕ ਹਿੱਸੇ ਦੂਜੇ ਨਾਲ ਲੜਾ ਕੇ ਗਲਤ ਗਲਤ ਗੱਲ ਕਰ ਰਹੇ ਹੋ ਤੁਸੀਂ ਅਸੁਰੱਖਿਆ ਦਾ ਭਾਵ ਜਿੱਦਣ ਸਿੱਖ ਮਾਰੇ ਗਏ ਸੀ ਉਦੋਂ ਬੀਜੇਪੀ ਕਿੱਥੇ ਸੀ ਦੈਟ ਇਜ਼ ਦਾ ਹੋਲ ਇਸ਼ੂ ਜਿੱਦਣ ਸਿੱਖ ਮਾਰੇ ਗਏ ਸੀ ਉਹਨਾਂ ਦੀ ਗੱਲ ਕਰ ਲਓ ਜਿੱਦਣ ਉਹ ਹਿੰਦੂ ਕੱਢੇ ਗਏ ਸੀ 2.5 ਲੱਖ ਉਦੋਂ ਕਿੱਥੇ ਸੀ ਅੱਜ ਬੀਜੇਪੀ ਸਰਕਾਰ ਚ ਕਿੰਨੇ ਕੋਣ ਨਫ਼ਰਤ ਕੋਣ ਫੈਲਾ ਰਿਹਾ ਤੇ ਬੀਜੇਪੀ ਗਲਤ ਗੱਲ ਨਾ ਕਰੋ ਸਰ ਮੈਂ ਗਲਤ ਗੱਲ ਨਾ ਕਰੋ 2.5 ਲੱਖ ਜਦੋਂ ਹਿੰਦੂ ਉੱਥੋਂ ਕੁੱਟ ਕੇ ਕੱਢੇ ਗਏ ਉਹਨਾਂ ਕੋਲ ਵੀ ਗਲਤ ਸੀ ਉਹ ਵੀ ਜ਼ਿੰਮੇਵਾਰ ਸੀ ਉਹ ਵੀ ਗੱਲ ਕਰੋ ਨਾਲ ਬਰਾਬਰ ਉਹ ਵੀ ਗਲਤ ਸੀ ਉਹ ਵੀ ਗੱਲ ਕਰੋ ਬਰਾਬਰ ਸਰਕਾਰ ਬੀਜੇਪੀ ਦੀ ਹੈ ਮੈਂ ਬੀਜੇਪੀ ਦੀ ਗੱਲ ਕਰ ਰਿਹਾ ਕਿਉਂ ਉਹਦੀ ਗੱਲ ਵੀ ਕਰੋ ਨਾਲ 2.5 ਲੱਖ ਲਾਈਨ ਕਿਤਾ ਇਸ ਡਿਬੇਟ ਦੇ ਵਿੱਚ ਆਪੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਪੋਲਿਟਿਕਸ ਹੋ ਰਹੀ ਹੈ, ਕਿਸ ਤਰ੍ਹਾਂ ਦੀ ਰਣਨੀਤੀ ਹੈ ਜਿਹੜੀ ਦੂਜੇ ਮੁਲਕਾਂ ਦੇ ਨਾਲ ਸਾਡੀ, ਉਹ ਕਿਸ ਤਰੀਕੇ ਨਾਲ ਕੰਮ ਕਰਦੀ ਪਈ ਹੈਗੀ ਹੈ। ਬਹੁਤ ਸਾਰੇ ਸਵਾਲ ਆ ਜਿਹੜੇ ਉਹ ਭਵਿੱਖ ਦੀ ਗੋਦ ਵਿੱਚ ਹੈਗੇ ਆ, ਪਰ ਅੱਜ ਜਿਹੜਾ ਸਵਾਲ ਉੱਠਦਾ ਪਿਆ ਹੈਗਾ ਉਹ ਸਵਾਲ ਹੈਗਾ ਖੌਫ ਦਾ, ਡਰ ਦਾ। ਜੇ ਇਸ ਸਵਾਲ ਦੇ ਅੱਗੇ ਪਿੱਛੋਂ ਸਭ ਕੁਝ ਦੇਖਿਆ ਜਾਵੇ ਤਾਂ ਅਖੀਰ 'ਤੇ ਬਾਈਤੀਆਂ ਨੇ ਚੋਣਾਂ, ਅਤੇ ਚੋਣਾਂ ਤੋਂ ਪਹਿਲਾਂ ਪਹਿਲਾਂ ਅਮਰੀਕਾ ਦੇ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਮੀਟਿੰਗ ਦਾ ਮੁੱਦਾ, ਅਫਗਾਨਿਸਤਾਨ ਦੇ ਵਿੱਚ ਜਿਹੜਾ ਭਾਰਤ ਦੀ ਸਥਿਤੀ ਹੈ ਜਿਹੜੀ ਉਹ ਪਹਿਲਾਂ ਨਾਲੋਂ ਕਿੱਥੇ ਜਾ ਕੇ ਸਟੈਂਡ ਕਰਦੀ ਹੈਗੀ ਆ, ਉਸ ਦਾ ਮੁੱਦਾ, ਚਾਈਨਾ, ਅਫਗਾਨਿਸਤਾਨ, ਅਮੈਰੀਕਾ, ਪਾਕਿਸਤਾਨ ਨਾਲ ਭਾਰਤ ਦੀ ਪੋਲਸੀ, ਉਸ ਦੇ ਵਿਚਾਲੇ ਖੜ੍ਹਾ ਹੈਗਾ ਕਸ਼ਮੀਰ, ਅਤੇ ਇਸ ਮੁੱਦੇ 'ਤੇ ਡਿਬੇਟ ਪਤਾ ਨਹੀਂ ਕਿੰਨੇ ਵਾਰ ਹੋਰ ਹੋਵੇਗੀ। ਆਰਟੀਕਲ 35 'ਤੇ ਪੋਲਿਟਿਕਸ ਹੋ ਰਹੀ ਹੈ, ਇਸ ਪੋਲਿਟਿਕਸ ਦਾ ਨਿਚੋੜ ਕੀ ਨਿਕਲੇਗਾ ਸਾਨੂੰ ਇੰਤਜ਼ਾਰ ਕਰਨਾ ਪਵੇਗਾ। ਬਹੁਤ ਧੰਨਵਾਦ।